हो रही है, करें भी जाने का। मैं मर जा, एक ही मैनू चिचड़ी जी नाल खिंची फिरदा। ਰੱਬ ਨੇ ਪਾ ਕੇ ਮਾੜਾ ਜਿਹਾ ਮੀਂਹ, ਦੇਸਾਂ ਦੀ ਗਰਮੀ ਕਰਤੀ, ਅੱਗ ਲਾਤੀ। ਨੀ ਭੈਣੇ, ਕੀ ਹਾਲ ਆ ਤੇਰਾ ਪ੍ਰੀਤ? ਹਾਲ ਤਾਂ ਮੇਰਾ ਠੀਕ ਆ, ਤੂੰ ਦੱਸ ਜੇ ਸੀ ਕਿਵੇਂ ਆਂਗੀ? ਵਧੀਆ, ਬੜੇ ਦਿਨਾਂ ਬਾਅਦ ਦੇਖੀ ਆ। ਨੀ ਕੀ ਕਰੇ, ਤੈਨੂੰ ਪਤੀ ਆ ਇੱਕ ਤਾਂ ਘਰ ਦੇ ਕੰਮ ਨਹੀਂ ਲੋਟ ਆਉਂਦੇ ਹੈਗੇ, ਆ ਵੇਲੇ ਕੁ ਵੇਲੇ ਗੋਹਾ ਕਦੇ ਛਿੱਟ ਜਾ, ਕਦੇ ਕੂੜਾ ਛਿੱਟ ਜਾ, ਤੈਨੂੰ ਪਤੀ ਆ ਕਿੰਨਾ ਕੁ ਬਾਹਰ ਨਿਕਲਿਆ ਜਾਂਦਾ। ਨੀ ਭੈਣੇ, ਘਰ ਦੇ ਕੰਮ ਨਹੀਂ ਮੁੱਕਦੇ ਹੈਗੇ। ਹੋਰ ਨਾਲੇ ਮੇਰੀ ਗੱਲ ਸੁਣ, ਜੇ ਤੂੰ ਮਾੜਾ ਮੋਟਾ ਘਰ ਤੋਂ ਬਾਹਰ ਨਿਕਲੇ ਤਾਂ ਤੈਨੂੰ ਦੁਨੀਆਦਾਰੀ ਦਾ ਪਤਾ ਰਹੇ, ਤੂੰ ਤਾਂ ਸਾਰਾ ਦਿਨ ਕੰਮਾਂ 'ਚ ਉਲਝੀ ਰਹਿੰਦੀ ਆ। ਨਹੀਂ, ਦੁਨੀਆਦਾਰੀ ਦਾ ਪਤਾ ਕਰਕੇ ਆਪਾਂ ਨੇ ਕੀ ਕਰਨਾ ਹੈ? ਆਪਾਂ ਤਾਂ ਉਹੀ ਘਰੇ ਭਾਂਡਾ ਠੀਕਰ ਮਾਂਜਣ ਵਾਲੇ ਆਂਗੇ। ਕਦੇ ਰੋਟੀ ਲਾ ਲੈ, ਕਦੇ ਭਾਂਡੇ ਮਾਂਜ ਲੈ, ਕਦੇ ਪੋਚੇ ਲਾ ਲੈ, ਬਾਹਰ ਦੀਆਂ ਖਬਰਾਂ ਤਾਂ ਤੈਨੂੰ ਪਤੀ ਆ ਭੈਣੇ, ਆਪਣੇ ਬਸ ਦਾ ਕੰਮ ਨਹੀਂ ਹੈ। ਨਹੀਂ ਭੈਣੇ, ਉਹ ਤਾਂ ਤੇਰੀ ਗੱਲ ਮੈਂ ਸਹਿਮਤ ਆ ਵੀ ਬਾਹਰ ਦੇ ਕੰਮ ਦੀਆਂ ਗੱਲਾਂ ਦਾ ਕੋਈ ਬਸ ਦੀਆਂ ਗੱਲਾਂ ਹੈ ਨਹੀਂ, ਪਰ ਫੇਰ ਵੀ ਗੱਲ ਸੁਣ, ਫੇਰ ਵੀ ਮਾੜਾ ਮੋਟਾ ਤਾਂ ਪਤਾ ਰੱਖਣਾ ਚਾਹੀਦਾ। ਲੈ, ਆਪਾਂ ਕਿਹੜਾ ਗਾਂ ਪੱਤਰਕਾਰ ਆਂਗੇ, ਆਪਾਂ ਨੇ ਕੀ ਲੈਣਾ, ਦੁਨੀਆ ਤੇ ਬਹੁਤ ਕੁਛ ਹੁੰਦਾ, ਹੁਣ ਕਿਹਦੀ ਕਿਹਦੀ ਖਬਰ ਰੱਖਾਂਗੇ ਆਪਾਂ? ਨਹੀਂ, ਕਿਸੇ ਦੀ ਖਬਰਾਂ ਤਾਂ ਚੱਲ ਕੀ ਰੱਖਣੀਆਂ ਨੇ, ਘੱਟੋ ਘੱਟ ਤੂੰ ਆਪਣੇ ਬੰਦੇ ਦੀ ਖਬਰ ਤਾਂ ਰੱਖ ਸਕਦੀ ਆ। ਮੇਰੀ ਗੱਲ ਸੁਣ, ਗੁੱਸਾ ਨਾ ਕਰੀ ਮੇਰੀ ਗੱਲ ਦਾ, ਮੈਂ ਤੈਨੂੰ ਇੱਕ ਗੱਲ ਕਹਿਣ ਲੱਗੀ ਆ। ਇਹ ਤੇਰੇ ਘਰ ਵਾਲਾ ਆ ਮੇਲੇ ਕੇ ਘਰੇ ਰੋਜ਼ ਕੀ ਕਰਨ ਜਾਂਦਾ? ਮੇਲੇ ਕੇ? ਤੈਨੂੰ ਕੌਣ ਕਹਿੰਦਾ ਵੀ ਉਹ ਮੇਲੇ ਕੇ ਜਾਂਦਾ? ਚੱਲ ਕੋਈ ਗੱਲ ਨੀ, ਮਾੜਾ ਮੋਟਾ ਕਦੇ ਕੰਮ ਧੰਦੇ ਵਗ ਜਾਂਦਾ, ਆਏ ਕਿ ਹੁਣ ਰੋਜ਼ ਹੀ ਉਹ ਮੇਲੇ ਕੇ ਘਰੇ ਗੇੜੇ ਕੱਢਦਾ ਫਿਰਦਾ ਰਹਿੰਦਾ। ਨੀ ਕਮਲੀ ਕਿਉਂ ਹੁੰਨੀ ਆ? ਆ ਉਹ ਦੇਖ ਲਓ ਜਿਹੜੀਆਂ ਤੀਮੀਆਂ ਨੇ, ਤੂੰ ਸਾਰਿਆਂ ਨੂੰ ਜਾ ਕੇ ਪੁੱਛ ਲੈ, ਚਾਹੇ ਸਾਰਿਆਂ ਨੂੰ ਪਤਾ, ਇੱਕ ਤੈਨੂੰ ਹੀ ਨਹੀਂ ਪਤਾ ਹੈਗਾ। ਨੀ ਤੂੰ ਘਰ ਨਾ ਖਰਾਬ ਕਰ ਲਈ ਫਿਰ, ਤੂੰ ਗੌਰ ਕਰ ਲੈ ਆਪਣੀ ਕੋਈ। ਨੀ ਜੱਸੀ ਭੈਣੇ, ਹੁਣ ਤੇਰੇ ਮੂਹਰੇ ਕੀ ਪੜਦਾ ਰਹੇਗਾ ਜਦੋਂ ਤੈਨੂੰ ਆਪ ਹੀ ਸਾਰੀਆਂ ਗੱਲਾਂ ਦਾ ਪਤਾ? ਮੈਂ ਤਾਂ ਬਥੇਰਾ ਕਹਿੰਦੀ ਆ, ਮੇਰੀ ਤਾਂ ਕੰਜਰ ਸੁਣਦਾ ਨਹੀਂ ਹੈਗਾ, ਕਹਿੰਦਾ ਲੋਕ ਤਾਂ ਜਾਣ ਕੇ ਲੁੱਟੀਆਂ ਲਾਉਂਦੇ ਨੇ, ਜਾਣ ਕੇ ਮੈਨੂੰ ਬਦਨਾਮ ਕਰਦੇ ਨੇ। ਉਹ ਤੈਨੂੰ ਪਤੀ ਆ, ਉਹ ਮੇਲਾ ਥੋੜਾ ਜਿਹਾ ਬਿਮਾਰ ਠਮਾਰ ਜਾ ਰਹਿੰਦਾ, ਤਾਂ ਕਰਕੇ ਵਗ ਜਾਂਦਾ ਨਾ, ਮਾੜਾ ਮੋਟਾ ਚੱਲ ਸਹਾਰਾ ਹੋ ਜਾਂਦਾ ਬੰਦੇ ਨੂੰ, ਕਿਉਂ ਇਹਨਾਂ ਦੀ ਲਿਹਾਜ਼ ਆ ਨਾ ਆਪਸ 'ਚ, ਹੋਰ ਤਾਂ ਕਹਿੰਦਾ ਕੋਈ ਗੱਲ ਨਹੀਂ ਹੈਗੀ। ਨੀ ਤੂੰ ਲਿਹਾਜ਼ ਦੀ ਕੀ ਪੂਛ ਮਾਰੀ ਜਾਂਦੀ ਆ ਸਾਰਾ ਦਿਨ, ਹੈ ਨਾ ਤੇਰੇ ਨਾਲ ਲਿਹਾਜ਼ ਨਹੀਂ ਹੋ ਸਕਦੀ? ਹੈ ਪਹਿਲਾਂ ਮੈਨੂੰ ਐਂ ਦੱਸ, ਮੇਲਾ ਤਾਂ ਘਰੇ ਹੁੰਦਾ ਨਹੀਂ, ਜਦੋਂ ਤੇਰੇ ਘਰ ਵਾਲਾ ਉਹਨਾਂ ਦੇ ਘਰੇ ਜਾਂਦਾ? ਗੱਲ ਤਾਂ ਤੇਰੀ ਜੱਸੀ ਸੱਚੀ ਹੈਗੀ, ਪਰ ਕੋਈ ਗੱਲ ਨਹੀਂ, ਪਤਾ ਤਾਂ ਮੈਨੂੰ ਪਹਿਲਾਂ ਵੀ ਤੀ, ਹੁਣ ਤੈਂ ਮੇਰੇ ਕੰਨ ਹੋਰ ਖੋਲਤੇ, ਦੇਖਦੀ ਅੱਜ ਜਾ ਕੇ, ਕਰਦੀ ਉਹਦੀ ਕੰਡ ਝਾੜ ਜੀ, ਕਹੂੰਗੀ ਉਹਨੂੰ ਜਾ ਕੇ ਵੀ ਹੁਣ ਤਾਂ ਸਾਰੇ ਪਿੰਡ 'ਚ ਗੱਲਾਂ ਉੱਡ ਰਹੀਆਂ ਨੇ, ਬੇਸ਼ਰਮਾ ਹੁਣ ਤਾਂ ਘਰੇ ਬਹਿ ਜਾ ਟਿੱਕੇ, ਮੈਨੂੰ ਤਾਂ ਗੱਲਾਂ 'ਚ ਆਉਣੇ ਨਹੀਂ ਦਿੰਦਾ। ਦੇਖ ਭੈਣੇ, ਜੇ ਮੈਨੂੰ ਤੇਰੇ 'ਤੇ ਨਾ ਕੋਈ ਹਮਦਰਦੀ ਆ, ਮੈਂ ਤਾਂ ਤੈਨੂੰ ਦੱਸਿਆ, ਆ ਤੀਮੀਆਂ ਨੇ ਰੋਜ਼ ਕਰਦੀਆਂ ਨੇ ਚੁਗਲੀਆਂ, ਪਰ ਕਿਸੇ ਨੂੰ ਗਾਹਾਂ ਨਹੀਂ ਗੱਲ ਕਰਦੀਆਂ, ਐਂ ਨਹੀਂ ਕਹਿੰਦੀਆਂ ਵੀ ਅਸੀਂ ਪ੍ਰੀਤ ਨੂੰ ਜਾ ਕੇ ਦੱਸ ਦਈਏ ਵੀ ਆਪਦਾ ਘਰ ਹੀ ਬਚਾ ਲਵੇ। ਚੱਲ ਕੋਈ ਗੱਲ ਨਹੀਂ ਜੱਸੀ, ਮੈਂ ਦੇਖਦੀ ਅੱਜ ਕਰਕੇ ਦੇਖਦੀ ਆ ਗੱਲ, ਠੀਕ ਹੈ? ਜੇ ਚਾਹ ਪਾਣੀ ਪੀਣਾ ਤਾਂ ਆ ਜਾ ਘਰੇ, ਆ ਜਾ। ਨਹੀਂ ਚੱਲ ਕੋਈ ਨਹੀਂ ਭੈਣ, ਫੇਰ ਪੀ ਲਾਂਗੇ, ਪਹਿਲਾਂ ਆਪਣੇ ਘਰ ਦੀ ਫਿਕਰ ਕਰ ਲੈ। ਤੂੰ ਬਾੜੇ ਕਿ ਜਾਨੀ? ਹਾਂ ਹਾਂ, ਚੱਲ ਠੀਕ ਆ, ਫਿਰ ਮਿਲਦੇ ਆਪਾਂ, ਚੰਗਾ? ਚੱਲ ਠੀਕ ਹੈ, ਚੰਗਾ। ਲੈ ਦੇਖ ਲੈ, ਸਮਝ ਲੈ, ਜਦੋਂ ਜੱਸੀ ਲਵੇ ਕੋਈ ਗੱਲ ਪਹੁੰਚ ਗਈ, ਹੁਣ ਜੱਸੀ ਸਾਰੇ ਪਿੰਡ 'ਚ ਦੱਸੂਗੀ ਵੀ ਮੇਲੇ ਕੇ ਘਰੇ ਭੋਲਾ ਜਾਂਦਾ, ਇਹ ਤਾਂ ਹੋ ਹੀ ਨਹੀਂ ਸਕਦਾ ਵੀ ਜੱਸੀ ਦੇ ਕੋਈ ਗੱਲ ਪਚ ਜੇ। ਚੱਲ ਕੋਈ ਗੱਲ ਨਹੀਂ, ਅੱਜ ਤਾਂ ਮੇਰੇ ਪਿਓ ਦੇ ਸਾਲੇ ਦੀ ਨਾ ਇਹ ਜੀ ਲਾਉਂਗੀ ਕਲਾਸ, ਸਮਾਰ ਕੇ ਜਾ ਕੇ ਦਿਨਾਂ ਤੱਕ ਯਾਦ ਰੱਖੂਗਾ, ਆਈ ਨਹੀਂ ਕੰਮ ਲੋਟ ਆਉਂਦਾ। ਹਾਂਜੀ ਬਾਬੂ ਜੀ, ਹਾਂ ਜੀ, ਮੈਂ ਤਾਂ ਹੀ ਕਹਿੰਦਾ ਸੀ ਵੀ ਛੁੱਟੀ ਦੇ ਦਿੰਦੇ ਚਾਹੇ ਅੱਜ, ਹੈ ਜੀ। ਚਲੋ ਫਿਰ ਆ ਜਾਂਦਾ, ਕੋਈ ਨਹੀਂ ਜੀ। ਹਾਂਜੀ ਹਾਂਜੀ ਹਾਂਜੀ, ਆ ਜਾਊਂਗਾ ਜੀ, ਹਾਂ ਜੀ, ਚਲੋ।
ਠੀਕ ਆ ਜੀ, ਚੰਗਾ ਜੀ। ਕਿਹਦਾ ਫੋਨ ਸੀ? ਬਾਬੂਆਂ ਦਾ ਤੁਸੀਂ, ਹੋਰ ਕਿਹਦਾ ਹੋਣਾ? ਸੱਚੋ ਸੱਚ ਦੱਸ ਦੇ ਕਿਹਦਾ ਫੋਨ ਸੀ? ਉਹ ਸਾਲਿਆ ਬੌਲਿਆ, ਬਾਬੂਆਂ ਦਾ ਹੀ ਤੀ, ਹੋਰ ਦੱਸ ਕਿਹਦਾ ਫੋਨ ਆਉਣਾ? ਹੈ ਕਿਸੇ ਤੀਵੀ ਤੂਵੀ ਦਾ ਨਹੀਂ ਸੀ? ਉਹ ਮੇਰੇ ਸਾਲੇ ਦਿਆ ਜੂਤ ਫੇਰ ਦੂੰ ਮੈਂ ਤੀਵੀ ਦਾ। ਆ ਦੇਖ ਲਾ ਤੀਵੀ ਦਾ ਫੋਨ, ਸਾਲਿਆ ਬਾਬੂਆਂ ਦਾ ਫੋਨ ਆਇਆ ਤੀ। ਮੇਰੀ ਰੱਬ ਵਰਗੀ ਭਰਜਾਈ ਆ, ਧੋਖਾ ਨਾ ਦੇ ਜੀ। ਉਹ ਰੱਬ ਵਰਗੀ ਤਾਂ ਮੈਨੂੰ ਵੀ ਦਿੰਦੀ ਆ ਧੋਖੇ ਨੂੰ। ਸਾਲਿਆ ਮੈਂ ਦੱਸ ਕੀ ਕਰਦਾ ਬਾਬੂਆਂ ਦਾ ਫੋਨ ਤੀ? ਆ ਦੇਖ ਲਾ ਤੂੰ, ਕਰ ਲਾ ਗੱਲ ਚ। ਦੇਖ ਲਾ ਮੇਰਾ ਸਾਲਾ, ਜੂਤ ਫੇਰ ਦੂੰ ਮੈਂ ਸਾਲੇ ਦੇ। ਮੈਨੂੰ ਨੀ ਪਤਾ ਭਰਜਾਈ, ਇਹਦੀਆਂ ਅੱਖਾਂ ਚ ਕਰਦਾਰੀ ਨਹੀਂ, ਅੱਖਾਂ ਚ ਇਹੋ ਜਿਹੇ ਬੰਦਿਆਂ ਕਰਕੇ ਪੰਜਾਬ ਪਿੱਛੇ ਆ। ਮੈਂ ਨਹੀਂ, ਕੰਮ ਵਾਲਿਆਂ ਦਾ ਹੀ ਫੋਨ ਹੋਣਾ, ਬਾਬੂ ਦਾ ਫੋਨ ਹੋਣਾ। ਜਾਂ ਤੂੰ ਖੇਡ ਆਪਣਾ ਜਪਾ ਚੱਲ ਜਾ ਜਾ ਬਾਬਾ, ਯਕੀਨ ਜਾਣਾ ਕਰਿਆ ਕਰੇ ਤੇ ਤੂੰ, ਪੱਕਾ ਬਾਬੂਆਂ ਦਾ ਹੀ ਆ। ਉਹ ਬਾਬੂਆਂ ਦਾ ਹੀ ਤੀ, ਹੋਰ ਦੱਸ ਕਿਹਦਾ ਹੋਣਾ? ਦੇਖ ਲਾ, ਜੇ ਮੇਰੀ ਭਰਜਾਈ ਨੂੰ ਰੱਬ ਵਰਗੀ ਨੂੰ ਧੋਖਾ ਦਿੱਤਾ, ਟੋਟੇ ਟੋਟੇ ਕਰਕੇ ਖਾਨਾ ਬਦੋਸ਼ ਕੁੱਤਿਆਂ ਨੂੰ ਪਾ ਦੂੰ। ਉਹ ਵਗ ਜਾ ਵਗ ਜਾ, ਮੈਂ ਤੋਂ ਜੂਤ ਨਾ ਖਾਲੀ। ਜਾ ਭਾਜਾ, ਜਾ ਵਗ ਜਾ। ਇਹਦੀਆਂ ਅੱਖਾਂ ਚ ਧੋਖਾ ਦਸਤੂਰ ਹੈ ਮੇਰਾ ਸਾਲਾ ਬੌਲਾ। ਚੱਲ ਇਹਦਾ ਕਾਹਨੂੰ ਗੁੱਸਾ ਕਰਦਾ, ਇਹਦਾ ਵਿਚਾਰਾ ਹੈ ਹੀ ਐਵੇਂ ਦਾ। ਕੰਮ ਤੇ ਨਹੀਂ ਜਾਣਾ ਅੱਜ ਤੁਸੀਂ? ਕੰਮ ਤੇ ਜਾਣਾ, ਥੋੜਾ ਜਿਹਾ ਹੱਡ ਭੰਨਣੀ ਜੀ ਹੋਈ ਪਈ ਸੀ, ਛੁੱਟੀ ਮੰਗੀ ਸੀ ਬਾਬੂ ਤੋਂ। ਫੇਰ ਕਹਿੰਦਾ ਘੰਟਾ ਠਹਿਰ ਕੇ ਆ ਜੀ, ਪਰ ਸਰਦਾ ਨਹੀਂ, ਕਹਿੰਦਾ ਆਉਣਾ ਪਊਗਾ ਕੰਮ ਤੇ, ਜਾਣਾ ਪਊਗਾ। ਦਵਾਈ ਲਿੱਤੀ ਆ ਤੁਸੀਂ? ਦਵਾਈ ਤਾਂ ਜਾਂਦਾ ਹੋਇਆ ਫੜ ਕੇ ਲੈ ਜੂੰਗਾ ਉੱਥੋਂ ਡਾਕਟਰ ਤੋਂ, ਉੱਧਰ ਹੀ ਤਾਂ ਹੈਗਾ ਕੋਲੇ, ਉੱਥੋਂ ਲੈ ਜੂੰ ਜਾਂਦਾ। ਦਵਾਈ ਲੈ ਜੂ ਧਿਆਨ ਨਾਲ। ਕੋਈ ਨਹੀਂ, ਉਹ ਤਾਂ ਲੈ ਜੂੰ। ਮੈਂ ਰੋਟੀ ਪਾਣੀ ਬਣਾਉਣੀ ਆ ਤੇਰੇ ਵਾਸਤੇ। ਰੋਟੀ ਬਣਾ ਦੀ ਨਾਲੇ, ਭੋਲੇ ਦਾ ਤਾਂ ਧੰਨਵਾਦ ਕਰਦੇ ਆਪਾਂ, ਹੈ ਨਾ? ਦੇਖ ਲਾ ਕੂਲਰ ਦਵਾਤਾ ਹੈ, ਰਾਸ਼ਨ ਦਵਾ ਗਿਆ, ਉਹਦੇ ਜਿੰਨਾ ਕੋਈ ਨਹੀਂ ਕਰ ਸਕਦਾ। ਮੈਨੂੰ ਤਾਂ ਬੰਦਾ ਬਹੁਤ ਵਧੀਆ ਲੱਗਦਾ ਉਹ। ਦੇਖ ਲਾ ਚੰਗੀ ਭਲੀ ਨੀਂਦ ਆਉਂਦੀ ਆ, ਨਹੀਂ ਤਾਂ ਆਪਾਂ ਪੜਦਾ ਚ ਹੀ ਮਰ ਜਾਂਦੇ ਅੰਦਰ ਗਰਮੀ ਚ। ਹੈ ਹੁਣ ਆਰਾਮ ਨਾਲ ਕੂਲਰ ਚ ਪਾਣੀ ਪਾ ਕੇ ਟੌਰ ਨਾਲ ਸੌਂ ਜਾਂਦੇ ਆ, ਉਹਦੇ ਜਿੰਨਾ ਵਧੀਆ ਬੰਦਾ ਕੋਈ ਨੀ ਹੋਣਾ, ਉਹਦਾ ਦੇਵਤਾ ਆਪਣੇ ਵਾਸਤੇ। ਹੁਣ ਇਹਨੂੰ ਕਿਵੇਂ ਦੱਸਾਂ ਵੀ ਭੋਲੇ ਦੀ ਘਰ ਵਾਲੀ ਇੱਥੇ ਲੜ ਕੇ ਗਈ ਆ? ਛੱਡ ਪਰੇ, ਇਹ ਤਾਂ ਉਹਨੂੰ ਵਧੀਆ ਦੋਸਤ ਮੰਨਦਾ, ਐਵੇਂ ਇਹਨਾਂ ਦੀ ਦੋਸਤੀ ਚ ਫਰਕ ਪੈ ਜੂ। ਕੀ ਸੋਚਣ ਲੱਗ ਗਈ ਹੁਣ? ਹਾਂ ਵਧੀਆ ਬੰਦਾ ਉਹ ਤਾਂ। ਆਹੋ ਚੱਲ ਮੈਂ ਰੋਟੀ ਪਾਣੀ ਬਣਾ ਦਾਂ ਤੇਰੇ ਲਈ। ਬਣਾ ਦੇ ਫਿਰ ਜਾਊਂਗਾ ਮੈਂ। ਮੈਂ ਕਹਿੰਦੀ ਗਾ ਮਹਾ ਰੋਟੀ ਲਾਹਣ ਦੀ, ਖੇਤ ਵਗ ਜਾਂਦਾ ਮੈਂ, ਭੁੱਖ ਲੱਗੀ। ਹਾਂ ਤਾਂ ਹੀ ਮੇਰੀ ਯਾਦ ਆ ਗਈ ਹੁਣ, ਜਦੋਂ ਢਿੱਡ ਨੂੰ ਲੱਗੀ ਹੈ ਨਾ, ਹੁਣ ਤਾਂ ਤੈਨੂੰ ਪਤਾ ਲੱਗਦਾ ਨਹੀਂ ਹੈਗਾ ਵੀ ਮੈਂ ਘਰੇ ਹੈਗੀ ਆ ਜਾਂ ਨਹੀਂ ਹੈਗੀ। ਉਹ ਰੋਟੀ ਲਾ ਦੇ, ਕਿਉਂ ਸਾਰਾ ਦਿਨ ਪੂਛ ਨੂੰ ਅੱਗ ਲਾਈ ਰੱਖਦੀ ਹੁੰਦੀ ਹੈਗੀ? ਹੁਣ ਤੜਕੀ ਤੈਨੂੰ ਕੀ ਹੋ ਗਿਆ? ਤੜਕੀ ਮੈਂ ਕੀ ਕਹਿ ਦਿੱਤਾ ਤੈਨੂੰ? ਤੈਂ ਮੈਨੂੰ ਚਾਹੇ ਕੁਛ ਕਿਹਾ ਚਾਹੇ ਨਾ ਕਿਹਾ, ਮੈਥੋਂ ਤਾਂ ਦੇਖੋ ਰੋਟੀ ਪੱਕਦੀ ਨਹੀਂ ਹੈਗੀ, ਜਿੱਥੇ ਮਰਜ਼ੀ ਖਾ ਜਾ ਕੇ ਰੋਟੀ। ਕਿਉਂ ਰੋਟੀ ਪੱਕਦੀ ਨਹੀਂ? ਰੋਟੀ ਹੋਰ ਮੈਂ ਕਿੱਥੇ ਖਾ ਕੇ ਆਉਂਗਾ? ਉੱਥੇ ਜਿੱਥੇ ਬੜਿਆ ਰਹਿਣਾ, ਦੇ ਗੇੜਾ ਤੇ ਗੇੜਾ ਦੇ ਗੇੜਾ, ਕੀ ਗੱਲ? ਉੱਥੇ ਰੋਟੀ ਨੂੰ ਹੁਣ ਆਏ ਕਹਿੰਦੇ ਨੇ ਵੀ ਉਰੇ ਨਾ ਆਇਆ ਕਰ। ਮੇਰੇ ਸਾਲੇ ਦੇ ਕਿਉਂ ਚਾਵਲਾ ਮਰੀ ਜਾਣੀ ਹੁੰਦੀ ਆਂਗੀ, ਰੋਟੀ ਬਣਾ ਦੇ, ਰੋਟੀ ਮੈਂ ਕੰਮ ਧੰਦੇ ਲੱਗ ਜੂੰਗੀ ਜਾ ਕੇ। ਮਤਲਬ ਦੇਖ ਸਰਦਾਰ ਜੀ, ਨਾ ਰੋਟੀ ਬਣੇ ਅੱਜ ਤੇ ਨਾ ਬਣੇ ਕੱਲ, ਠੀਕ ਹੈ? ਜਿੱਥੇ ਜਾਣਾ ਉੱਥੇ ਖਾ ਨਾ ਖਾ, ਅਗਲੀਆਂ ਨੂੰ ਕਹਿ ਮੈਨੂੰ ਨਾ ਕਿਹਾ ਕਰ ਵੀ ਮੇਰਾ ਤਾਂ ਬੀਹੀ ਚ ਨਿਕਲਣਾ ਵੀ ਬੰਦ ਕਰਾਤਾ। ਕਿਉਂ? ਕਹਿੰਦਾ ਕਿਉਂ, ਕਿ ਤੈਨੂੰ ਪਤਾ ਨਹੀਂ ਕਿਸੇ ਗੱਲ ਦਾ? ਜਿਹੜੀ ਤੀਵੀਂ ਆਉਂਦੀ ਹੈ ਮੈਨੂੰ ਤਾਂ ਉਹੀ ਟੋਕ ਦਿੰਦੀ ਹੈ, ਤੇਰਾ ਬੰਦਾ ਫਲਾਣੀ ਲਵੇ ਖੜਿਆ ਤੀ,
ਤੇਰਾ ਬੰਦਾ ਧਮਕਾਣੀ ਦੇ ਅੰਦਰ ਬੜੈਤੀ ਇਹੀ ਕੰਮ ਰਹਿ ਗਿਆ ਤੈਨੂੰ ਤੇਰੇ ਸਾਲ ਦੇ ਕਿਉਂ ਭਗਾਈ ਮਾਰੀ ਜਾਂਦੀ ਆਂਡ ਗਮਾਂਡ ਚੋਂ ਸੁਣ ਲਓਗੀ ਕਿਹੜੀ ਧੀਮੀ ਕਹਿੰਦੀ ਮੇਰੇ ਮੂੰਹ ਤੇ ਲੈ ਮੇਰੇ ਕਰਾਂ ਤੇ ਕੋਈ ਨਾ ਮੂੰਹ ਤੇ ਵੀ ਕਰਾ ਦੂਗੀ ਨਾਲੇ ਮੈਂ ਤੈਨੂੰ ਇੱਕ ਗੱਲ ਹੋਰ ਦੱਸਦਾ ਕੋਈ ਚੰਗਾ ਕੰਮ ਕਰ ਲੈ ਨਾ ਉਹ ਲੁਕੈਸੀ ਪਿਆ ਰਹਿ ਜਾਂਦਾ ਜਿਹੜੀ ਆਸ਼ਕੀ ਦੇ ਚੱਕਰਾਂ ਚ ਪਿਆ ਨਾ ਇਹ ਤਾਂ ਆਏ ਆਉਂਦੀ ਹੁੰਦੀ ਉੱਪਰ ਨੂੰ ਭੱਜੀ ਉਹਦੀ ਪਤਾ ਲੱਗ ਜਾਂਦਾ ਵੀ ਫਲਾਣੇ ਨੇ ਆਹ ਚੰਦ ਚਾੜਦਾ ਤੀਮੀਆਂ ਕੋਲੇ ਕਿੱਥੋਂ ਗੱਲ ਵਾਗੀ ਤੂੰ ਆਹੀ ਸਾਰਾ ਦਿਨ ਆ ਕੁੱਤਕਲੇ ਕਰੀ ਜਾਂਦਾ ਉੱਚੀ ਉੱਚੀ ਸਾਰੇ ਆਂਢ ਗਮਾਂਢ ਸੁਣਾਉਣੀ ਆਪੀ ਤੀਮੀਆਂ ਦਾ ਗੱਲਾਂ ਬਣਾਉਣੀ ਮੈਂ ਤਾਂ ਤੈਨੂੰ ਇੰਨੀਆਂ ਸੁਣਾਉਂਦੀ ਵੀ ਨਹੀਂ ਹੈਗੀ ਜਿੰਨੀਆਂ ਬਾਹਰ ਮੈਂ ਸੁਣ ਕੇ ਆਉਣੀਆਂ ਮੈਂ ਤਾਂ ਤੈਨੂੰ ਐ ਕਹਿੰਦੀ ਤੂੰ ਗੋਹੇ ਕੂੜੇ ਵਾਲੀ ਰੱਖ ਲੈ ਮੈਂ ਤਾਂ ਬਾਹਰ ਨਿਕਲਣਾ ਬੰਦ ਕਰ ਦਿੰਦੀ ਆ ਰੱਖ ਲੈ ਗੋਹੇ ਕੂੜੇ ਵਾਲੀ ਮੇਰੇ ਸਾਲੇ ਦੀ ਤੂੰ ਸਿੱਧਾ ਕਹਦੇ ਭਾਈ ਮੈਂ ਤਾਂ ਗੋਹਾ ਨਹੀਂ ਡੇਕੇ ਆਂਦਾ ਤੀਮੀਆਂ ਦੇ ਬਹਾਨੇ ਕਾ ਤੂੰ ਮਾਰਦੀ ਆਂ ਜੀ ਨਾ ਪਹਿਲਾਂ ਗੋਹਾ ਕੌਣ ਛਿੜਦਾ ਸੀ ਪਹਿਲਾਂ ਗੋਹੇ ਲੱਗੀ ਹੋਈ ਸੀ ਆ ਦੇਖ ਲੈ ਮੱਦੀ ਦੀ ਮਾਮੀ ਸੌ ਸੌ ਕੁਛ ਬੋਲ ਕੇ ਗਈ ਐ ਕਹਿੰਦੀ ਭੈਣੇ ਆਪਦੇ ਬੰਦੇ ਨੂੰ ਮਾੜਾ ਮੋਟਾ ਸਮਝਾ ਲਾ ਉਹਦੇ ਰੱਸਾ ਪਾ ਲੈ ਫਿਰੀ ਜਾਂਦਾ ਲੈਣਾ ਲੋਕਾਂ ਦੀ ਤੀਮੀ ਦੀ ਬਾਸ਼ਨਾ ਲੈਂਦੇ ਉਹ ਮੱਦੀ ਦੀ ਮਾਮੀ ਦਾ ਸਿਰੇ ਦੀ ਚੁਗਲਖੋਰ ਆ ਗਈ ਉਹਦਾ ਇੱਕ ਦੇ ਘਰੇ ਵੜਦੀ ਐ ਦੂਜੇ ਦੇ ਘਰੋਂ ਨਿਕਲ ਜਾ ਕਦੇ ਉਹਦੇ ਉਂਗਲ ਲਾ ਦੇ ਕਦੇ ਉਹਦੇ ਉਂਗਲ ਲਾ ਦੇ ਉਹਦੇ ਵੈਸੇ ਤਾਂ ਕੰਮ ਆ ਸਾਰਾ ਦਿਨ ਤੇ ਵਧੀਆ ਸਾਰੇ ਪਿੰਡ ਦੀਆਂ ਖਬਰਾਂ ਤਾਂ ਰੱਖਦੀ ਐ ਤਾਂ ਹੀ ਉਹ ਮੈਨੂੰ ਦੱਸ ਗਿਆ ਕਿ ਸ਼ੱਕ ਤਾਂ ਮੈਨੂੰ ਪਹਿਲਾਂ ਵੀ ਸੀ ਤੇਰੇ ਤੇ ਪਰ ਹੁਣ ਮੈਨੂੰ ਜਮੀ ਯਕੀਨ ਹੋ ਗਿਆ ਤੇਰੇ ਚਾਲ ਚੱਲਣ ਸਹੀ ਨਹੀਂ ਹੈਗੇ ਤੈਨੂੰ ਮੈਂ ਦੱਸਾਂ ਕੋਈ ਨਾ ਬਕਵਾਸ ਮਾਰਿਆ ਕਰ ਜਾਂ ਰੋਟੀ ਲਾ ਦੇ ਮੈਂ ਖੇਤ ਜਾਣਾਗਾ ਨਾ ਰੋਟੀ ਲਾ ਦੇ ਕੋਈ ਨਾ ਸਿਆਪਾ ਉਰੇ ਮੇਰੀ ਜਾਨ ਨੂੰ ਰਹਿੰਦਾ ਜਦੋਂ ਜੀ ਕਰੂ ਕਦੇ ਰੋਟੀ ਲਿਆ ਦੇ ਕਦੇ ਚਾਹ ਲਿਆ ਦੇ ਵੇ ਕਦੇ ਐਂ ਕਿਹਾ ਵੀ ਆ ਜਾ ਸ਼ਹਿਰ ਆ ਜਾ ਤੈਨੂੰ ਕੁਛ ਨਾ ਕੁਛ ਜਾ ਕੇ ਦਵਾ ਲਿਆ ਮਾ ਹੋਰ ਨਾ ਦਵਾਦਾ ਤੈਨੂੰ ਫੁਲਕਾਰੀ ਕਿਤੇ ਮੈਂ ਸ਼ਹਿਰ ਜਵਾ ਕੇ ਮੇਰੇ ਸਲ ਦੀ ਕੰਮ ਨੂੰ ਤਾਂ ਰੋਣਾ ਪੈ ਜਾਂਦਾ ਜਦੋਂ ਕੰਮ ਨੂੰ ਕਹਦੇ ਕੋਈ ਮੇਰਾ ਤਾਂ ਆਪੀ ਰੋਣਾ ਪੈਣਾ ਕਿੱਥੇ ਮੇਰੀ ਕਿਸਮਤ ਫੁੱਟੀ ਤੀ ਜਿਹੜਾ ਤੂੰ ਮੇਰੇ ਕਰਮਾਂ 'ਚ ਲਿਖਿਆ ਤੀ ਰੋਟੀ ਲਾ ਦੇ ਰੋਟੀ ਮੈਂ ਖੇਤ ਜਾਣਾਗਾ ਲਾਉਣੀ ਆ ਸਿਆਪਾ ਤਾਂ ਮੈਨੂੰ ਕਰਨਾ ਪੈਂਦਾ ਖਾਣ ਪੀਣ ਵਾਰੀ ਮੈਂ ਜ਼ਿਆਦਾ ਆ ਜਾਂਦੀ ਇਹਦੇ ਮੇਰੇ ਸਲ ਦੀ ਪਤਾ ਨਹੀਂ ਦੀ ਮਾਂ ਨੇ ਕੀ ਖਾ ਕੇ ਜੰਮੀ ਦੀਗੀ ਸਾਰਾ ਦਿਨ ਮਾੜਾ ਹੀ ਮਾੜਾ ਬੋਲੂ ਤੜਕੀ ਲੱਗ ਜਾਂਦੇ ਮਾੜਾ ਬੋਲਣਾ ਵੀ ਮੇਰੇ ਸਲ ਦੀ ਵੇਲਾ ਕੇ ਵੇਲਾ ਤਾਂ ਦੇਖ ਲਿਆ ਕਰਾ ਤਾਂ ਹੀ ਤਾਂ ਘਰ 'ਚ ਵਾਧਾ ਨਹੀਂ ਹੁੰਦਾ ਪਛਾੜੀ ਲਿਆ ਰੱਖਿਆ ਜਿੱਦਣ ਦੀ ਮੇਰੇ ਸਲਕਣ ਦੀ ਆਈ ਹੈਗੀ ਲੱਗਦਾ ਅੱਜ ਤਾਂ ਹੋ ਗਈ ਨੰਗੀ ਜੀ ਹੈ ਨਿਕਲ ਜੋ ਅੱਜ ਤਾਂ ਪਾਣੀ ਉਹ ਹਾਂ ਮਿੰਬਰਾ ਕਿਉਂ ਮੱਦੀ ਕਿਵੇਂ ਆ ਕਿਵੇਂ ਵਧੀਆ ਠੀਕ ਆ ਕਿਉਂ ਜੀਰੀ ਜੀ ਕਿਵੇਂ ਡੁੱਬ ਗਈ ਜੀਰੀ ਤਾਂ ਡੁੱਬ ਗਈ ਹੋਰ ਹੁਣ ਭੈਣ ਦਾ ਪਾਣੀ ਇਹ ਪਾਣੀ ਹੋ ਗਿਆ ਜਲ ਥਲ ਹੋ ਗਿਆ ਕੱਲ ਕਰਤੀ ਅਰਦਾਸ ਸਿੱਧੀ ਬਾਬੇ ਨੂੰ ਸਿੱਧੀ ਕਰਤੀ ਮਹਾਂ ਡਬੋ ਦੇ ਮੇਰਾ ਸਾਲਾ ਤੈਨੂੰ ਮੇਰੀ ਜੀਰੀ ਡਬੋ ਕੇ ਕੀ ਮਿਲੂਗਾ ਤੂੰ ਮੈਨੂੰ ਉਹ ਮੀਣੇ ਜੇ ਤੇ ਪਿੱਛੇ ਲੱਗ ਕੇ ਭਜਾਇਆ ਨੀ ਮੈਂਬਰਾ ਕਰੀ ਨੀ ਮੇਰੀ ਬੇਇੱਜ਼ਤੀ ਮੇਰੀ ਬੇਇੱਜ਼ਤੀ ਕਰਕੇ ਤੂੰ ਮੈਨੂੰ ਖਾਲੋ ਖਾਲ ਭਜਾਇਆ ਮੈਂ ਕੀ ਭਜਾਇਆ ਕੰਜਰ ਦੇ ਲੜੇ ਤੁਸੀਂ ਆਪ ਹੋਗੇ ਤੂੰ ਆਪ ਕਹੀ ਜਾ ਮੈਂ ਤਾਂ ਕਹਿਤਾ ਮੈਂ ਹੋਰ ਉਹ ਮਰਜੂ ਹੋਰ ਗੱਲ ਪਈ ਜੋ ਰੇ ਮੈਨੂੰ ਉਹਨੂੰ ਭਜਾ ਦਿੰਦਾ ਮੇਰੇ ਨਾਲ ਤਾਂ ਨਾ ਕਰਦਾ ਤੂੰ ਮੇਰੇ ਨਾਲ ਚਮਿਕਰੀਆਂ ਕਿਉਂ ਕਰੀਆਂ ਮੈਨੂੰ ਕਿਉਂ ਭਜਾਇਆ ਕਰੀ ਸਿੱਧੀ ਅਰਦਾਸ ਆ ਦੇਖ ਉਹ ਸਾਹਮਣੇ ਵਾਲੇ ਦੀ ਕਿਸੇ ਡੁੱਬੀ ਐ ਸਿੱਧੀ ਕਰਤੀ ਮਹਾਂ ਬਸ ਆਹੀ ਐਂਡ ਬੋਤਾ ਪਟਾ ਚੱਲ ਪਕਾਈ ਨਾ ਮਾਰਿਆ ਕਰੋ ਏ ਅਜਾ ਲੱਗ ਗਿਆ ਪਾਣੀ ਜਾਂ ਨਿਕਲਣ ਮੱਲਾ ਦਾ ਹੋ ਲੱਗੀ ਨੰਗੀ ਜੀ ਤੁਹਾਡੇ ਵਾਲੇ ਦਿਨ ਡੁੱਬੀ ਉਧਰਾ ਆਪਾਂ ਤਾਂ ਲਾਈ ਹੋਣੀ 2 ਕਿੱਲੇ ਲਾਏ ਸੀ ਅੱਛਾ ਮੈਂ ਫੇਰ ਲਾਵਾਂਗੇ ਅੱਛਾ ਹਾਂ ਮੱਦੀ ਹਾਂ ਇੱਕ ਪੈਰ ਗੱਲ ਨਹੀਂ ਸਮਝ ਆਈ ਹੈਗੀ ਤੇਰੇ ਵਾਲੀ ਮਾਮੀ ਨੂੰ ਕਿਵੇਂ ਪਤਾ ਲੱਗ ਗਿਆ ਵੀ ਮੈਂ ਮੇਲੇ ਦੀ ਬਹੂ ਨੂੰ ਨਾਲੇ ਰਾਸ਼ਨ ਦੇ ਕੇ ਆਇਆਗਾ ਨਾਲੇ ਕੂਲਰ ਦਵਾਇਆਗਾ ਇਹ ਗੱਲ ਤੁਹਾਨੂੰ ਕਿਵੇਂ ਪਤਾ ਲੱਗ ਗਈ ਹੁਣ ਮੈਨੂੰ ਕੀ ਪਤਾ ਯਾਰ ਇਹ ਗੱਲ ਤਾਂ ਜਾਂ ਤਾਂ ਮੈਨੂੰ ਪਤਾ ਦੀ ਜਾਂ ਮੇਲੇ ਕਿਹਨੂੰ ਪਤਾ ਦੀ ਜਾਂ ਤੈਨੂੰ ਪਤਾ ਦੀਗਾ ਨਹੀਂ ਫਿਰ ਤੂੰ ਮੇਰੇ ਦਾ ਨਹੀਂ ਟੇਡਾ ਟੇਡਾ ਕਿਵੇਂ ਝਾਕਦਾ ਤੈ ਤਾਂ ਨਹੀਂ ਕੋਈ ਪਾਥੀ ਪਥੀ ਨਾ 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 ਮੈਂਬਰਾ ਨਾ 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 ਆਪਾਂ ਇਹੋ ਜਿਹਾ ਗਲਤ ਕੰਮ ਨਹੀਂ ਕਰਦੇ ਮੱਦੀ ਮੇਰਾ ਹਾਲਾ ਖਾਲ ਚੁਰੇ ਬੂਥ ਡਬੋ ਕੇ ਕੁੱਟੂ ਮੈਂ ਤੇਰੀ ਸੱਚੋ ਦੱਸਦੇ ਵੀ ਤੈ ਭਕਾਈ ਮਾਰੀਆ ਕੋਈ ਪਾਥੀ ਪਥੀ ਆ ਦੇਖ ਮਾਮਾ ਪਤਾ ਗੱਲ ਕੀ ਐ ਮੈਂ ਤੈਨੂੰ ਗੱਲ ਦੱਸੂ ਸਾਰੀ ਬਈ ਤੈ ਮੈਨੂੰ ਖੇਤ ਨੂੰ ਬਜਾ ਦਿਆ ਉਹ ਲੰਡੇ ਹੈਗੇ ਪਿੱਛੇ ਲੱਗ ਕੇ ਆਪਣੇ ਬਬਈ ਗੁੱਸੇ ਮੈਂ ਕਹੀ ਗਈ ਗੁੱਸੇ ਪੱਥ ਦੀ ਪਾਥੀ ਹੋਏ ਝੰਜਰ ਦਾ ਬੌਲਾ ਤੂੰ ਗੁੱਸੇ ਚ ਤੂੰ ਮੈਨੂੰ ਹੋਰ ਗੱਲ ਕਹਿ ਦੇ ਤੂੰ ਤੇਰੀ ਮਾਮੀ ਲੈ ਭਗਾਈ ਮਾਰਦੀ ਕੀ ਲੋੜ ਐ ਤੈਨੂੰ ਉਹ ਮਾਮੀ ਟੱਕਰ ਕਿਉਂ ਰਿਹਾ ਫਿਰ ਮੈਂ ਮਾਮੀ ਨੂੰ ਕਹਿ ਦਿਆ ਉਹ ਮਾਮੀ ਵੀ ਮੇਰੇ ਪੁੱਛਿਆ ਨੀ ਮਾਮੀ ਨੂੰ ਪਤਾ ਲੱਗ ਰਿਹਾ ਤਾਂ ਮੈਨੂੰ ਨੀ ਪਤਾ ਬਾਈ ਆਹ ਗੱਲ ਕੀ ਗੌਰ ਕਰੀ ਤਾਂ ਔਰ ਮੈਂ ਤਾਂ ਨਿਆਉਣ ਵਾਲੇ ਸੌਮ 7.5% ਗੱਲ ਦੱਸੀ ਉਹਨੂੰ
ਸਾਡੇ ਕੇ ਸਾਥ ਕਲਾਵਾ ਦੱਸਿਆ ਸਾਰਾ ਕੁਝ ਚੋਕਤਾ ਮੇਰਾ ਸਾਲਾ ਹੈ ਮੈਂ ਗੱਲ ਬੋਚ ਦਿਉਂ ਗੱਲ ਬੋਚ ਦੀ ਮਾਮਾ ਸਾਡੇ ਘਰੇ ਕਲੇਸ਼ ਪੈ ਰਿਹਾ ਹੈਗਾ ਉਹਦੇ ਦਾ ਅੱਛਾ ਜੀ ਹੋਰ ਹੁਣ ਮਾਮਾ ਤੂੰ ਵੀ ਠੀਕ ਰਿਹਾ ਕਰ ਪਤਾ ਕੀ ਹੈ ਹੁਣ ਸਾਰੇ ਪਿੰਡ ਨੂੰ ਇਹ ਕਿਸ ਕਾ ਕੇ ਫੋਨ ਆ ਗਿਆ ਮੇਲਾ ਲਈ ਕਾ ਮੇਲਾ ਲਈ ਕਾ ਗਏ ਉਹ ਕਾਂ ਨੂੰ ਆ ਰਿਹਾ ਹੋਰ ਮੇਲਾ ਲਈ ਕਾ ਗਿਆ ਹਾਂ ਮਾਮਾ ਠੀਕ ਰਹਿਣ ਨੂੰ ਮੈਂ ਕੀ ਕਰਦਾ ਪਤਾ ਕੀ ਹੈ ਸਾਰੇ ਪਿੰਡ ਨੂੰ ਪਤਾ ਮਾਮਾ ਵੀ ਤਾਂ ਮੇਲੇ ਕੀ ਬੂਹ ਨਾਲ ਗਲਤ ਹੈ ਮੇਰਾ ਸਲਾ ਉਹੀ ਨਾ ਭਗਾਈ ਮਾਰੀ ਚੱਲ ਤੂੰ ਮੇਲੇ ਕੀ ਬੂਹ ਨਾਲ ਗਲਤ ਹੈ ਗਲਤ ਹੈ ਗਲਤ ਹੈ ਚੁੱਪ ਚੁੱਪ ਕਰ ਜਾ ਮੇਰੇ ਸਲ ਦੇ ਮਾਰੋ ਚੱਪਲ ਮਾਰੂ ਸਿਰ ਚ ਭਗਾਈ ਮਾਰੀ ਜਾਂਦਾ ਹੋ ਰਹੀ ਨਹੀਂ ਫਿਰ ਸਾਰੇ ਪਿੰਡ ਨੂੰ ਪਤਾ ਮਾਮਾ ਇਸ ਮੈਂ ਕੀ ਕਿਹਾ ਚੱਲ ਚੱਪਲ ਨਹੀਂ ਕਹਿ ਚੁੱਪ ਕਰ ਨਹੀਂ ਕਹਿ ਮੇਰਾ ਸਲਾ ਉਹਰੇ ਖੇਤਾਂ 'ਚ ਬੰਦੇ ਫਿਰਦੇ ਰਹੇ ਤੇ ਹੋਰ ਮਿੱਟੀ ਪੱਟੀ ਜਾਂਦਾ ਮੇਰੀ ਗਲਤ ਨੂੰ ਮੈਂ ਮੇਰਾ ਸਲਾ ਤੈ ਮੇਰਾ ਕੀ ਦੇਖ ਲੈ ਗਲਤ ਨੂੰ ਉਹਦੇ ਨਾਲ ਉਹੀ ਭਗਾਈ ਮਾਰੀ ਜਾਂਦਾ ਉਹਨਾਂ ਦਾ ਸਾਰਾ ਦਿਨ ਨਹੀਂ ਮੈਨੂੰ ਨਿਉ ਕੁੰਦਾ ਵੀ ਚੱਲ ਪਤਾ ਕੀ ਹੈ ਵੀ ਰਲਮਾ ਮਿਲਮਾ ਸਾ ਚਾਲੀ ਜੇ ਜੇ ਠੀਕ ਹੈ ਜੇ ਆਪਣਾ ਵੀ ਕੋਈ ਤਾਂ ਗਰ ਵਸੀਲਾ ਕਰਦੇ ਫਿਰ ਤੂੰ ਦੇਖ ਮਾਮਾ ਨੇ ਕਿਹਾ ਨਾ ਵੀ ਤੂੰ ਮੇਲੇ ਕੇ ਕਦੇ ਕੂਲਰ ਦੇ ਕੇ ਆਇਆਗਾ ਉਹਨਾਂ ਦੇ ਰਾਸ਼ਨ ਦੇ ਕੇ ਆਇਆਗਾ ਅੱਖ ਬੜਕ ਗਈ ਤੇਰੀ ਮੈਂ ਉਹਦੀ ਮਹਾ ਮੱਦੀ ਦੀ ਗੜੀ ਗਈ ਆ ਹੋਰ ਕਿਸੇ ਦੀ ਇਹ ਸਾਰੀ ਉਸੇ ਦਾ ਕੰਮ ਹੈਗਾ ਇਹ ਦੇਖ ਮੈਂ ਆਪਣੇ ਨਹੀਂ ਹੁੰਦਾ ਬਈ ਗੁੱਸਾ ਕੰਟਰੋਲ ਆ ਆਪਾਂ ਬਈ ਸੱਚ ਕੇ ਬਜਾਰੀ ਸੱਚ ਕਹਿਣਾ ਡਾਡੇ ਨੂੰ ਜਾਣ ਦੇਣੀ ਹੈ ਮੇਰਾ ਸਾਲਾ ਮੇਰੇ ਲਵੇ ਜਿਹੜਾ ਪੈਗ ਲਾਉਂਦਾ ਰਿਹਾ ਘੱਟੋ ਘੱਟ ਉਹਦੀ ਸ਼ਰਮ ਕਰ ਲੈਂਦਾ ਸ਼ਰਮ ਤਾਂ ਫੇਰ ਕਰਦੇ ਜੇ ਨਾ ਤਾਂ ਵਜਾਂਦਾ ਚਲਾ ਜਾ ਬੌਲ ਮਰੀ ਜਾਊ ਕੰਜਰ ਦਾ ਬੌਲ ਆਗਾ ਉਈ ਹੈ ਮਾਮਾ ਉਹ ਹਾਂ ਪਈਏ ਆਹੋ ਪਈਆ ਮੇਰਾ ਸਲਾ ਪਹਿਲਾਂ ਪੀ ਕੇ ਮੇਰੀ ਹਰਾਮ ਕਰਤੀ ਮੁੜ ਕੇ ਨਹੀਂ ਮਾਮਾ ਕਹਿੰਦਾ ਮਾਮਾ ਮੈਂ ਤੇਰੀ ਕਾਲੀ ਗੂੰ ਮਾਮਾ ਦੇਖੀ ਮਾਮਾ ਦੇਖੀ ਮਾਮਾ ਮਾਮਾ ਉਹ ਕਿਵੇਂ ਕੁਕਰੀ ਉਹ ਕਿਵੇਂ ਮੱਦੀ ਉਹ ਠੀਕ ਹੈ ਠੀਕ ਹੈ ਹੋਰ ਵਧੀਆ ਜਮਾ ਕੇ ਮੌਜਾਂ ਘਰ ਪਰਿਵਾਰ ਠੀਕ ਆ ਜਮਾ ਰੰਗ ਲੱਗ ਰਹੇ ਨੇ ਤੂੰ ਉਦੋਂ ਤਾਂ ਪਿੰਡ ਹੀ ਨਹੀਂ ਗਿਆ ਇੰਨੇ ਚਿਰ ਦਾ ਇੱਥੇ ਆ ਆਪਾਂ ਤਾਂ ਬਈ ਨਾਨਕੀ ਰਾਂ ਅੱਛਾ ਤੂੰ ਚੰਡੀਗੜ੍ਹ ਰਹਿੰਦਾ ਓਏ ਹੋਰ ਆਪਣੇ ਤਾਂ ਚੰਡੀਗੜ੍ਹ ਹੀ ਨਾਨਕੇ ਨੇ ਹਾਂ ਕਹਿੰਦਾ ਸੀ ਮੈਂਬਰ ਕਹਿੰਦਾ ਚੰਡੀਗੜ੍ਹ ਲਾਤਾ ਮੁੰਡਾ ਹਾਂ ਕਹਿੰਦੇ ਸੁੱਕ ਸੱਕ ਗਿਆ ਓਏ ਕੀ ਗੱਲ ਰੋਟੀ ਰੋਟੀ ਨਹੀਂ ਮਿਲਦੀ ਓ ਯਾਰ ਖਾਨਾ ਤਾਂ ਬਹੁਤਾ ਯਾਰ ਲੱਗਦਾ ਹੀ ਨਹੀਂ ਪਤਾ ਨਹੀਂ ਕੀ ਚੱਕਰ ਆ ਯਾਰ ਦੇਖੀ ਕਿਤੇ ਦੂਜੇ ਰੋਡ ਤਾਂ ਨਹੀਂ ਹੋ ਗਿਆ ਓਏ ਨਹੀਂ ਦਵਾਈ ਦੂਈ ਖਾ ਕੇ ਦੇਖਦਾ ਯਾਰ ਅੱਛਾ ਅੱਛਾ ਹਾਂ ਹੋ ਠੀਕ ਆ ਹਾਂ ਜਮਾ ਮੌਜਾਂ ਨੇ ਜਮਾ ਐਨ ਹੋਰ ਸੁਣਾ ਵਧੀਆ ਬਸ ਜਮਾ ਜਾਣਾ ਫਿਰ ਤੈਂ ਪਿੰਡ ਪੁੰਡ ਪਿੰਡ ਨਹੀਂ ਜਾਂਦੇ ਆਪਾਂ ਰੂਰੀ ਰਾਂ ਮੇਰੇ ਨੇ ਉਹਨਾਂ ਨੇ ਚੰਡੀਗੜ੍ਹ ਨਾਨਕੇ ਇੱਕ ਕਿਸਮ ਕੇ ਮੇਰੇ ਉਰੇ ਤੋਂ ਨਾਨਕੇ ਹੈਗੇ ਕਿਹੜਾ ਕੂੜਾ ਮਾਰ ਲਿਆ ਕਰ ਨਹੀਂ ਮੈਂ 2 ਮਹੀਨੇ ਬਾਅਦ ਜਾਇਆ ਮਾ ਅੱਛਾ ਮਹੀਨੇ 2 ਮਹੀਨੇ ਬਾਅਦ ਜਾਇਆ ਮਾ ਨਹੀਂ ਬਾਕੀ ਆਪਣੇ ਤੋਂ ਉਰੀ ਨਾਨਕੇ ਹੈ ਚਲ ਫੇਰ ਤਾਂ ਸਾਰਾ ਪਿੰਡ ਆਪਣੀ ਹੈ ਕੁਕਰੀ ਸਾਰਾ ਪਿੰਡ ਅੱਛਾ ਉਹ ਬਟੇ ਗੱਲ ਹੈ ਨਾ ਕਹਿਣ ਵਾਲੀ ਜਿਵੇਂ ਤੂੰ ਸੁਕ ਰਹੇ ਨੇ ਉਹ ਤੇਰੀ ਮਾਂ ਸੁਕ ਰਹੀ ਹੈ ਉਹ ਕਿਵੇਂ ਬੰਨੇ ਹੋਏ ਵੀ ਯਾਰ ਤੇਰੇ ਪਾਪੇ ਦੀ ਟੈਨਸ਼ਨ ਆ ਪਿੰਡ ਮੈਂ ਬਸ ਸਿੱਧੀ ਸਿੱਧੀ ਦੱਸ ਤੂੰ ਕੀ ਕਹਿ ਰਿਹਾ ਚਲ ਅਬ ਪਤਾ ਲੱਗ ਜਾਏਗਾ ਤੇਰੇ ਪਾਪਾ ਮਾੜਾ ਚੰਗਾ ਬੋਲੇ ਬੀਬੀ ਨੂੰ ਲੜਦਾ ਹੋਰ ਹੋਰ ਲੜਦਾ ਬੜਾ ਹੀ ਬੜੀ ਲੜਾਈ ਕਰਦਾ ਬੜੀ ਚੰਗੀ ਤੇਰੀ ਬੀਬੀ ਦਾ ਐ ਲਾ ਲੈ ਵੀ ਦੱਸਦੀ ਨਹੀਂ ਮੈਂ ਇੱਕ ਦਿਨ ਦੇਖੇ ਤੇਰੇ ਮਾਮੇ ਉਰੀ ਬੜੀ ਖੁੰਕਾਰ ਨੇ ਉਹ ਤੋਂ ਹੈ ਨਾ ਓਏ ਹੋਰ ਕੀ ਓਏ ਵੀ ਕਿਤੇ ਕਤਲ ਕੁਤਲ ਨਾ ਕਰ ਦੇਣ ਪਰੌਣੇ ਨੂੰ ਕਿਤੇ ਤਕੜੇ ਨੇ ਵੀ ਪਰੌਣੇ ਨੂੰ ਮਾਰ ਦੇਣ ਅੱਛਾ ਤੇਰੀ ਮੰਮੀ ਦਾ ਬੜੀ ਦੁਖੀ ਕਰਤੀ ਉਹ ਤਾਂ ਬੇਚਾਰੀ ਦੁਖੀ ਐ ਅੱਛਾ ਯਾਰ ਉਹ ਤੂੰ ਪੁੱਛੀ ਜਾ ਕੇ ਕਿ ਉਹਦੇ ਦੁੱਖ ਮੰਡਾਈ ਉਹਦਾ ਤਪਾਰਖੀ ਪੂਰੀ ਕੋਈ ਨਾ ਅੱਜ ਮੈਂ ਲੈਣਾ ਭਾਪੇ ਦੀ ਜਾ ਕੇ ਖਬਰ ਠੀਕ ਹੈ ਬਰਾ ਪਰ ਕੰਮ ਕਰ ਆਪਣਾ ਨਾ ਲਾ ਦੀ ਨਾ ਆਪਣਾ ਠੀਕ ਹੈ ਮਿਲਦੇ ਆ ਹਾਂ ਹਾਂ ਮਿਲਦੇ ਮਿਲਦੇ ਆ ਲਾਤੀ ਲੁੱਤੀ ਇਹਨਾਂ ਦੇ ਭਵਾ ਕਲੇ ਇਸ ਮੈਂਬਰ ਦਾ ਇੰਜਣ ਦੇਖੀ ਹੋਇਆ ਸੁੱਕ ਗਈ ਤਾਂ ਆਟਾ ਪਾ ਦੇ ਹੋਰ ਮੰਮੀ ਸਤਿ ਸ੍ਰੀ ਅਕਾਲ ਹਾਂ ਸਤਿ ਸ੍ਰੀ ਅਕਾਲ ਹੋਰ ਮੰਮੀ ਠੀਕ ਆ ਹਾਂ ਉਹ ਤਾਂ ਠੀਕ ਆ ਤੂੰ ਠੀਕ ਆ ਹਾਂ ਡੈਡੀ ਕਿਵੇਂ ਆ ਸਭ ਠੀਕ ਠਾਕ ਵਧੀਆ ਆ ਜਾ ਆ ਜਾ ਬਾਈ ਜਾ
ਤਾਂ ਦੱਸੀ ਨਹੀਂ ਹੈਗਾ ਵੀ ਮੰਮੀ ਮੈਂ ਅੱਜ ਆਉਣਾ ਹੈ। ਉਹ ਮਖਾ ਜਲਾ ਕੇ ਮੰਮੀ ਨੂੰ ਸਰਪ੍ਰਾਈਜ਼ ਹੀ ਦੇ ਦੂੰਗਾ। ਲੈ ਲੈ ਲੈ, ਇੰਨਾ ਸਿਆਣਾ ਹੋ ਗਿਆ ਮੇਰਾ ਪੁੱਤ ਹੈ। ਹੋਰ ਬਾਹਰ ਲੱਗ ਕੇ ਬੰਦਾ ਹੋ ਹੀ ਜਾਂਦਾ ਸਿਆਣਾ ਦਾ। ਹਾਂ ਹਾਂ, ਉਹ ਤਾਂ ਚੰਡੀਗੜ੍ਹ ਦੀ ਹਵਾ ਤੈਨੂੰ ਜ਼ਿਆਦਾ ਲੱਗੀ ਹੋਣ ਲੱਗਦਾ ਹੈ। ਨਾ ਨਾ, ਐਂ ਕਰ ਕੋਈ ਗੱਲ ਨਹੀਂ, ਤੂੰ ਬੈਠ, ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਉਂਦੀ। ਨਾ ਪਾਣੀ ਤਾਂ ਰਹਿਣ ਦੇ। ਕੋਈ ਨਾ ਲਿਆਉਂਦੀ ਮੈਂ ਪਾਣੀ। ਸਾਰਾ ਦਿਨ ਕੰਮ ਨਹੀਂ ਕਰਦੀ ਪਾਪਾ, ਕਿਤੇ ਧੰਦੇ ਨਹੀਂ ਕੀਤਾ ਜੀ ਗਿਆ ਹੋਣਾ। ਚਲ ਆ ਜੂ ਆਪੇ। ਲੈ ਵੇ ਪੁੱਤ ਪਾਣੀ ਦੀ ਘੁੱਟ ਪੀ ਲੈ। ਹੋਰ ਸੁਣਾ ਮੰਮੀ, ਠੀਕ ਰਹਿੰਦੀ ਆ? ਬੇ ਮੈਂ ਤਾਂ ਠੀਕ ਹਾਂ ਪੁੱਤ। ਅੱਛਾ, ਮੈਂ ਕੁਕਰੀ ਮੈਨੂੰ ਐਂ ਦੱਸ, ਤੂੰ ਤਾਂ ਜਮੀ ਬੀਤ ਗਿਆ। ਮੈਂ ਸਾਰਾ ਦਿਨ ਕਿਤਾਬੀ ਕੀੜਾ ਬਣਿਆ ਰਿਹਾ ਕਰ, ਖਾ ਪੀ ਵੀ ਲਿਆ ਕਰ ਢੰਗ ਨਾਲ। ਬਹੁਤ ਖਾਨਾ ਉੱਥੇ, ਕਿਹੜਾ ਦੁੱਧ ਦਹੀਂ ਆ, ਖਾਨਾ ਤਾਂ ਬਹੁਤ ਆ, ਪਤਾ ਨੀ ਲੱਗਦਾ ਹੀ ਨੀ ਹੈਗਾ ਮੈਨੂੰ ਤਾਂ। ਲੱਗਦਾ ਕਿਉਂ ਨੀ? ਪਤੀ ਆ ਮੈਨੂੰ, ਤਿੰਨ ਟਾਈਮ ਖਾਨਾ ਮੈਂ ਤਾਂ ਇੰਨੀਆਂ ਇੰਨੀਆਂ। ਆਹੋ ਖਾਨਾ ਇੰਨੀਆਂ, ਆਹ ਦੇਖ ਲੈ ਜਦੋਂ ਉਰੋ ਗਿਆ ਤੀ ਚੰਗਾ ਭਲਾ ਤੀ, ਆਹ ਪੈਂਟ ਜੀ ਵੀ ਮੈਨੂੰ ਤਾਂ ਐਂ ਲੱਗਦੀ ਆ ਵੀ ਆਹ ਬੈਲਟ ਜੀ ਨਾਲੇ ਖੜਾ ਰੱਖੀਏ ਤੈਂ। ਉਹ ਨਹੀਂ ਮੰਮੀ, ਦੇਖਦਾ ਹੁਣ ਮੈਂ ਇੱਕ ਦੋ ਮਹੀਨੇ ਤੱਕ ਜਿਮ ਸਟਾਰਟ ਕਰ ਦਾਂਗਾ, ਵਧੀਆ ਸਰੀਰ ਬਣਾਉਣਾ, ਹੋਰ ਸੋਹਣਾ ਹੀ ਲੱਗਦਾ ਹਨਾ ਐਵੇਂ ਮੈਂ। ਬੇ ਲੋੜ ਹੀ ਨਹੀਂ ਹੈਗੀ ਇੰਨੇ ਚੱਕਰਾਂ ਚ ਪੈਣ ਦੀ, ਜੇ ਉਈ ਆਪਦੀ ਸਿਹਤ ਦਾ ਖਿਆਲ ਰੱਖ ਲੈ, ਖਾ ਪੀ ਲਿਆ ਕਰ ਟਾਈਮ ਨਾਲ। ਉਹ ਖਾਣਾ ਦਾ ਟਾਈਮ ਨਾਲ ਹੀ ਆ, ਪਤਾ ਨਹੀਂ ਕੀ ਚੱਕਰ ਆ, ਕੋਈ ਦਵਾਈ ਦਵੂਈ ਲੈਣਾ ਜਿਹੜੇ ਨਾਲ ਲੱਗ ਜਾ ਕਰੇ ਖਾਣਾ ਪੀਣਾ। ਲੈ ਦੱਸ ਹੁਣ ਤੂੰ ਕਿਹੜੀਆਂ ਦਵਾਈਆਂ ਲਵੇਂਗਾ, ਛੋਟੀ ਉਮਰ ਚ ਦਵਾਈਆਂ ਖਾਣ ਲੱਗ ਗਿਆ, ਆਹ ਦੇਖ ਲੈ ਤੇਰੇ ਵਾਲੇ ਪਿਓ ਕੋ ਨਹੀਂ ਦੇਖ ਲੈ ਮਾਰੇ ਇਹੋ ਜਿਹਾ ਪਿਆਗਾ। ਹਾਂ ਉਹ ਤਾਂ ਠੀਕ ਆ। ਹਾਂ ਓਹੋ ਬੇ ਪੁੱਤ, ਮੈਂ ਤਾਂ ਤੇਰੇ ਨਾਲ ਗੱਲਾਂ ਗੱਲਾਂ ਚ ਭੁੱਲੇਗੀ, ਤੂੰ ਮੈਨੂੰ ਐ ਦੱਸ ਪਹਿਲਾਂ ਚਾਹ ਦੀ ਘੁੱਟ ਪੀਵੇਂਗਾ, ਰੋਟੀ ਖਾਵੇਂਗਾ ਕਿ ਆਲੂ ਵਾਲੇ ਪਰੌਂਠੇ ਬਣਾਵਾਂ? ਨਾ ਮੰਮੀ, ਚਾਹ ਤਾਂ ਰਹਿਣ ਦੇ, ਗਰਮੀ ਵਾਲੀ ਆ, ਰੋਟੀ ਵੀ ਮੈਂ ਫੇਰ ਹੀ ਖਾ ਲੂੰ ਜਦੋਂ ਭੁੱਖ ਲੱਗੀ। ਚੱਲ ਕੋਈ ਨਾ, ਜਦੋਂ ਖਾਣੀ ਹੋਈ ਮੈਨੂੰ ਦੱਸ ਦੀ, ਉਹਦੀ ਬਣਾ ਦੂੰਗੀ। ਚੰਗਾ। ਹਾਂ ਕੋਈ ਨਾ, ਮੈਂ ਤੈਨੂੰ ਦੱਸ ਦੂੰਗਾ। ਮੰਮੀ ਬੜਾ ਚੁੱਪ ਚੁੱਪ ਜਿਹਾ ਕਾਹਤੋਂ ਲੱਗ ਰਹੀ ਆ? ਮੈਂ ਹੋਰ ਤੇਰਾ ਮੂੰਹ ਜਿਹਾ ਉਤਰਿਆ ਲੱਗ ਰਿਹਾ ਮੈਨੂੰ। ਨਾ ਨਾ ਪੁੱਤ, ਉਈ ਲੱਗਦਾ, ਕਈ ਦਿਨਾਂ ਮਗਰੋਂ ਦੇਖਿਆ ਤੈਂ ਮੈਨੂੰ ਨਾ, ਤਾਂ ਕਰਕੇ। ਨਹੀਂ ਕੋਈ ਗੱਲ ਤਾਂ ਹੈਗੀ ਆ। ਲੈ ਬੋਲੇ, ਜੇ ਕੋਈ ਗੱਲ ਹੋ ਗਈ ਭਲਾ ਤਾਂ ਤੂੰ ਲੁਕਾਉਂਗੀ? ਮੈਂ ਮੰਮੀ, ਤੂੰ ਲੁਕੋ ਰਹੀ ਆ ਮੈਨੂੰ ਗੱਲ, ਪਾਪੇ ਨੇ ਕੁਛ ਕਿਹਾ? ਨਾ ਨਾ ਪੁੱਤ, ਉਈ ਲੱਗਦਾ ਤੈਨੂੰ ਵਹਿਮ ਹੋ ਗਿਆ। ਮੰਮੀ ਦੱਸ ਦੇ ਕੀ ਗੱਲ ਆ, ਮੈਨੂੰ ਲੱਗ ਰਿਹਾ ਸ਼ੱਕ ਆ ਥੋੜਾ ਜਿਹਾ ਤੇਰੇ ਤੇ। ਬੇ ਪੁੱਤ ਕੀ ਦੱਸਾਂ, ਤੇਰਾ ਪਾਪਾ ਦਾ ਕੀ ਕਰਤਾ ਪਾਪੇ ਨੇ? ਮੰਮੀ ਰੋਨੀ ਕਾਹਤੋਂ, ਪਹਿਲਾਂ ਮੈਨੂੰ ਗੱਲ ਤਾਂ ਦੱਸ ਦੇ। ਤੇਰੇ ਪਾਪੇ ਨੇ ਜਿਹੜੇ ਕੰਮ ਜਵਾਨੀ ਪੈਰੇ ਨਹੀਂ ਕਰੇ, ਉਹ ਹੁਣ ਬੁਢਾਪੇ ਚ ਕਰਦਾ। ਕੀ ਕਰਤਾ ਪਾਪੇ ਨੇ? ਹੈਂ ਕਿਹੜੇ ਮੂੰਹ ਨਾਲ ਦੱਸਾਂ? ਮੰਮੀ ਪਹਿਲਾਂ ਤਾਂ ਚੁੱਪ ਕਰਕੇ ਮੈਨੂੰ ਗੱਲ ਦੱਸ ਦੇ, ਕੀ ਕੀਤਾ ਪਾਪੇ ਨੇ? ਕਹਿੰਦਾ ਰੋਣਾ ਖੜ ਜਾ, ਕਰਨਾ ਕੀ ਆ ਪੁੱਤ? ਤੈਨੂੰ ਕੀ ਦੱਸਾਂ, ਮੈਨੂੰ ਤਾਂ ਦੱਸ ਦਿਨ ਵੀ ਸ਼ਰਮ ਆਉਂਦੀ ਆ ਪੁੱਤ, ਕਿਹੜੇ ਮੂੰਹ ਨਾਲ ਦੱਸਾਂ, ਮੇਰੀ ਤਾਂ ਸਮਝ ਤੋਂ ਬਾਹਰ ਹੋ ਗਿਆ ਕੰਮ। ਕੀ ਕੀਤਾ ਪਾਪੇ ਨੇ, ਦੱਸਤਾ ਦੇ। ਕਰਨਾ ਕੀਤੀਗਾ, ਨਾਲ ਦੀਆਂ ਘਰ ਵਾਲੀਆਂ ਤੀਵੀਆਂ ਨਾਲ। ਹੈਂ ਕਰਨ ਲੱਗ ਗਿਆ? ਕਰਨ ਲੱਗ ਗਿਆ, ਸਾਰੇ ਪਿੰਡ ਚ ਤੂੰ ਤੂੰ ਹੋ ਰਹੀ ਹੈਗੀ, ਹਰੇਕ ਜਨਾਨੀ ਮੈਨੂੰ ਆ ਕੇ ਲਾਂਭਾ ਦਿੰਦੀ ਹੈ ਵੀ ਭੈਣੇ ਤੇਰੇ ਘਰ ਵਾਲਾ ਆ ਚੱਜ ਕਰਦਾ ਹੈਗਾ, ਤੂੰ ਮੈਨੂੰ ਐ ਦੱਸ ਪੁੱਤ, ਮੈਂ ਤਾਂ ਜਿਉਂਦੀ ਮਾਰਦੀ ਤੇਰੇ ਪਿਓ ਨੇ, ਮੈਂ ਦੱਸ ਕੀ ਕਰਾਂ ਹੁਣ, ਕਿਹੜੇ ਖੂਹ ਚ ਡਿੱਗਾਂ ਜਾ ਕੇ? ਇਹਨੇ ਤਾਂ ਬਦਨਾਮੀ ਵਾਲਾ ਕੰਮ ਕਰਤਾ। ਕੋਈ ਨਾ ਪਾਪੇ ਦੀ ਮੈਂ ਲੈਣਾਗਾ ਖਬਰ, ਹੁਣ ਮੈਂ ਆ ਗਿਆ, ਕੋਈ ਨਾ ਲੈਣਾ ਚੰਗੀ ਤਰ੍ਹਾਂ। ਮੇਰੀ ਗੱਲ ਸੁਣ ਪੁੱਤ, ਤੇਰਾ ਖੂਨ ਮਾੜਾ ਜਿਹਾ ਤੱਤਾ ਹੈ, ਹੌਲੀ ਹੌਲੀ ਨਾਲ ਸਮਝਾਉਂਗੀ। ਹਾਂ ਸਮਝਾਈ ਚੰਗਾ, ਊਂ ਲੜੀ ਨਾ, ਫਿਰ ਐਂ ਕਹੂਗਾ ਵੀ ਆਉਣ ਸਾਰ ਮੁੰਡੇ ਦੇ ਕੰਨ ਭਰਤੇ, ਤੈਨੂੰ ਪਤੀ ਹੈ ਇਹਦਾ ਪਾਪੇ ਦੀ ਗਲਤ ਗੱਲ ਆ, ਮੈਂ ਬਾਹਰ ਰਹਿਣ ਲੱਗ ਗਿਆ, ਹੁਣ ਪਾਪੇ ਨੂੰ ਖੁੱਲੀ ਛੂਟ ਮਿਲ ਗਈ ਹੈ। ਉਹੀ ਤਾਂ ਗੱਲ ਹੈ, ਚੱਲ ਪਹਿਲਾਂ ਤਾਂ ਐਂ ਕੰਮ ਧੰਦੇ ਤੂੰ ਵੀ ਨਾਲ ਫਿਰੀ ਜਾਂਦਾ ਸੀਗਾ। ਹਾਂ ਹੈ,
ਹੁਣ ਤੈਨੂੰ ਪਤਾ ਉਹਨੂੰ ਆਇਆ ਵੀ ਮੈਨੂੰ ਕਿਹੜਾ ਕੋਈ ਰੋਕ ਟੋਕ ਵਾਲਾ ਗਾ, ਮੈਂ ਸਾਰਾ ਦਿਨ ਘਰੇ ਕੰਮ ਕਰਦੀ ਫਿਰਦੀ ਰਹਿੰਦੀ ਹਾਂ, ਆਪ ਬਾਹਰ ਫਿਰਦਾ ਰਹਿੰਦਾ ਗੇੜੇ ਦਿੰਦਾ ਸਾਰਾ ਦਿਨ। ਕੋਈ ਨਾ ਆਉਣ ਦੇ ਪਾਪੇ ਨੂੰ ਮੈਂ ਲੈਣਾ ਪਾਪੇ ਦੀ ਖਬਰ। ਮੈਨੂੰ ਤਾਂ ਆਈ ਸੀ ਵੀ ਚੱਲ 2-4 ਸਾਲਾਂ ਨੂੰ ਤੂੰ ਪੜ੍ਹ ਲਿਖ ਕੇ ਕੋਈ ਨੌਕਰੀ ਤੇ ਲੱਗ ਜਾਏਗਾ, ਤੇਰਾ ਵਿਆਹ ਵੀ ਕਰ ਦਾਂਗੇ। ਮੈਨੂੰ ਤਾਂ ਹੁਣ ਹੋਰ ਡਰ ਹੈ ਵੀ ਕਿਤੇ ਤੇਰਾ ਬਾਪ ਨਾ ਦੂਜਾ ਵਿਆਹ ਕਰਾ ਲੇ। ਐਵੇਂ ਕਿਵੇਂ ਕਰਾ ਲੂਗਾ, ਮੇਰੇ ਹੁੰਦੇ ਨੀ ਇਹ ਹੁੰਦਾ ਕੁਛ। ਕੋਈ ਨਾ ਮੈਂ ਲੈਣਾ ਖਬਰ ਆਉਣ ਦੇ ਡੈਡੀ ਨੂੰ। ਹਾਂ ਚੱਲ ਗੱਲ ਕਰੀ ਤੂੰ ਉਹਦੇ ਨਾਲ। ਚੱਲ ਮੈਂ ਅੰਦਰੋਂ ਕੰਮ ਧੰਦਾ ਜਾ ਕਰਦੀ ਆ, ਨਾਲੇ ਆਲੂ ਜੋਬਲ ਮੈਂ ਧਰਦੀ ਆ, ਫਿਰ ਤੇਰੇ ਵਾਸਤੇ ਪਰੌਂਠੇ ਲਾਉਂਗੀ। ਚੰਗਾ। ਹਾਂ ਕੋਈ ਨਾ। ਹਾਂ ਜੇ ਤੂੰ ਨਹਾਉਣਾ ਨਹੁਣਾ ਕੱਪੜਾ ਲੀੜਾ ਬਦਲਣਾ ਕੋਈ ਬਦਲ ਲੈ। ਨਾ ਨਾ ਲੈਣਾ ਕੋਈ ਨਾ, ਮੈਂ ਠਹਿਰ ਕੇ ਜੀ। ਚੰਗਾ। ਲੈ ਕਮਾਲ ਹੀ ਹੋਈ ਪਈ ਆ, ਪਾਪੇ ਨੇ ਜਮਾ ਹੀ ਹੱਦ ਲਾਤੀ। ਪਾਪੇ ਨੂੰ ਸ਼ਰਮ ਆਉਣੀ ਚਾਹੀਦੀ ਇਹੋ ਜਿਹਾ ਕੰਮ ਕਰਦੇ। ਚਲ ਕੋਈ ਨਾ ਲੈਣਾ ਪਾਪੇ ਦੀ ਫਿਰ ਖਬਰ, ਪਹਿਲਾਂ ਨਹਾ ਧੋ ਲਵਾਂ ਗਰਮੀ ਵਾਲੀ। ਮੋਨੂ ਕੀ ਹੋ ਗਿਆ? ਐਣੀ ਰੀਸਾਂ ਹੁੰਦੀਆਂ ਜਿਵੇਂ ਤੂੰ ਕਰਦੀਆਂ ਖਾਨਾ ਬਦੋਸ਼ ਨੇ। ਵੀ ਮੈਂ ਕੀ ਕੀਤਾ? ਬਣਦੀਆਂ ਚੁੰਨੀਆਂ ਜਿਹੜੀਆਂ, ਐਣੀ ਮੇਰੀ ਕਲਮ ਫੜੀ ਜਾਂਦੀ। ਵੀ ਮੇਰਾ ਤਾਂ ਸਿਰ ਫਟਿਆ ਜਾਂਦਾ ਦਰਦ ਨਾਲ, ਮੈਂ ਤਾਂ ਚੁੰਨੀ ਬੰਨੀ ਆ। ਪਤਾ ਮੈਨੂੰ ਕਿਹੜਾ ਸਿਰ ਫੜਦਾ ਤੇਰਾ, ਦਵਾਈ ਲੈ ਸਕਦੀ ਚੁੰਨੀਆਂ ਬਣਦੀਆਂ, ਤੂੰ ਮੇਰੀ ਕਲਮ ਖੋਣ ਨੂੰ ਫਿਰਦੀਆਂ। ਕਾਣੂ ਮੇਰਾ ਦਿਮਾਗ ਖਰਾਬ ਕੀਤਾ ਤੂੰ ਚਾਂਦਰ ਬਾਈ ਦਾ। ਕਲਮ ਖੋਣ ਲਈ ਨਾ ਖਾਨਾ ਬਦੋਸ਼ ਨੇ ਪਹਾੜ ਜਿੱਡਾ ਜਿਗਰਾ ਚਾਹੀਦਾ, ਤੇਰਾ ਸਰੀਰ ਆ ਜਿਹੜਾ ਲੱਕੜ ਦੇ ਵਾਲੇ ਵਰਗਾ। ਬੇ ਇੱਕ ਤਾਂ ਮੈਨੂੰ ਪਹਿਲਾਂ ਬੁਖਾਰ ਨੇ ਪਾਗਲ ਕਰਤਾ, ਬਾਕੀ ਰਹਿੰਦਾ ਖੁੰਦਾ ਤੂੰ ਕਸਰ ਕੱਢਦੀ। ਮੇਰੀ ਕਲਮ ਖੋਣੀ ਬਹੁਤ ਔਖੀ ਆ, ਆ ਜਿਹੜੀਆਂ ਤੂੰ ਆ ਚੁੰਨੀਆਂ ਬਣਦੀਆਂ ਨਾ, ਨਾ ਮੇਰੇ ਤਾਂ ਰੋਮ ਰੋਮ ਚ ਕਲਮ ਵਸਦੀ ਆ, ਮੇਰੀ ਕਿੱਥੋਂ ਕਿੱਥੋਂ ਖੋਲੇਗੀ ਤੂੰ ਖਾਨਾ ਬਦੋਸ਼ ਨੇ। ਮੈਂ ਮੈਨੂੰ ਕਾਣੂ ਪਕਾਈ ਮਾਰੀ ਜਾਣਾ ਛੱਡਦੇ ਕਾਪੀਆਂ ਕਰਨੀਆਂ ਨੀ ਬਣਿਆ ਜਾਂਦਾ ਹਰੇਕ ਤੋਂ ਮਜਾਲਾ। ਚਾਹ ਪਲਿਆ ਘੁੱਟ ਫਿਰ, ਮੇਰੇ ਤੋਂ ਨੀ ਬਣਦੀ ਚਾਹ, ਚੂ ਜਾ ਬਣਾ ਲੈ ਆਪਦੀ, ਬਣਾ ਲੈ ਅੰਦਰ ਜਾ ਕੇ ਕੁੱਟ ਕਪੜਿਆ ਦੇ ਕੰਡੇ ਜਾਂ ਕੁੱਟ ਕੇ ਮੈਨੂੰ ਪਿਲਾ ਦੀ ਜਾ, ਭਗ ਜਾ ਕੰਡੇ ਵਾਲੀ ਭਰਜਾਈ ਨਹੀਂ ਮੇਰੀ। ਫਿਰ ਮੈਂ ਭਰਜਾਈ ਤਾਂ ਹੈਗੀ ਆ, ਮੇਰੇ ਤੋਂ ਤਾਂ ਖੜਾ ਨਹੀਂ ਹੋ ਜਾਂਦਾ, ਮੇਰੇ ਤਾਂ ਸਾਰਾ ਸਰੀਰ ਟੁੱਟਿਆ ਜਾ ਰਿਹਾ। ਜਾ ਭਗ ਜਾ ਚਾਹ ਬਣਾ ਲੈ। ਮੇਰੀ ਕੈਸ਼ਟ ਹਿੱਟ ਹੋਣ ਦੇ, 40 ਵੀ ਰੱਖੋ, ਅੱਖਾਂ 'ਚ ਕਸੁੰਨ ਦੇ ਦੇ ਰੋਏਗੀ ਤੂੰ। ਕੋਈ ਨਹੀਂ, ਚਾਹ ਨਹੀਂ ਪਿਲਾਉਂਦੀ ਹੁਣ ਤੂੰ ਖਾਨਾ ਬਦੋਸ਼। ਹਾਏ ਵੀਰ ਬਾ, ਐਂ ਨਹੀਂ ਕਾਪੀ ਹੁੰਦੀ ਜਿਵੇਂ ਤੂੰ ਕਰਦੀ ਆ। ਜਾ ਬਾਗ ਜਾ ਬਣਾ ਲਾ, ਸਾਰਾ ਦਿਮਾਗ ਖਰਾਬ ਕਰਤਾ ਇਹਨੇ ਤਾਂ। ਇੱਕ ਤਾਂ ਪਹਿਲਾਂ ਨਹੀਂ ਸਰੀਰ ਕੰਮ ਕਰਦਾ, ਦਵਾਈ ਵੀ ਕਿਹਦੇ ਨਾਲ ਲਿਆ ਕੇ ਆਵਾਂ। ਫੋਨ ਕਰਕੇ ਦੇਖ। ਹਾਂਜੀ, ਕਿੱਥੇ ਆ ਤੁਸੀਂ? ਮੈਂ ਤਾਂ ਇੱਥੇ ਆ। ਕਿੰਨੇ ਕ ਟਾਈਮ ਜਾਣਾ ਘਰ? ਟਾਈਮ ਇੱਥੇ ਟਾਈਮ ਲੱਗੂਗਾ, ਹਲੇ ਮੈਨੂੰ ਤਾਂ ਬਾਬੂ ਸ਼ਹਿਰ ਗਿਆ ਹੋਇਆ। ਮੈਂ ਕਹਿੰਦੀ ਮੈਨੂੰ ਦਵਾਈ ਦਵਾ ਲਿਆਂਦੇ, ਮੈਂ ਤਾਂ ਬਿਮਾਰ ਹੋ ਰਹੀ ਆ। ਕੀ ਹੋ ਗਿਆ? ਬੁਖਾਰ ਚੜ ਗਿਆ, ਮੈਨੂੰ ਤਾਂ ਸਿਰ ਫਟਿਆ ਜਾ ਰਿਹਾ,
ਸਾਰਾ ਸਰੀਰ ਟੁੱਟ ਰਿਹਾ। ਬੁਖਾਰ ਹੋ ਗਿਆ, ਫਿਰ ਹੁਣ ਇੱਥੇ ਮੈਂ ਛੱਡ ਕੇ ਆ ਨਹੀਂ ਸਕਦਾ, ਬਾਬੂ ਵੀ ਗਿਆ ਹੋਇਆਗਾ। ਕਹਿ ਕੁ ਕੇ ਆਜੋ ਮਾੜਾ ਜਿਹਾ ਘੰਟੇ ਕੁ ਵਾਸਤੇ, ਫਿਰ ਵਗ ਜਿਓ। ਇੱਥੇ ਮੈਂ ਸੁਣਨਾ ਨਹੀਂ ਛੱਡ ਸਕਦਾ ਨਾ, ਉਰੇ ਹੁਣ ਹੈ ਨਹੀਂ ਕੋਈ, ਬਾਬੂ ਗਿਆ ਹੋਇਆ ਸਹਿਰ। ਫਿਰ ਮੈਂ ਦਵਾਈ ਕਿੱਦਾਂ ਲੈ ਕੇ ਆਵਾਂ ਦੱਸ? ਚੱਲ ਐਂ ਕਰ, ਮੈਂ ਭੋਲੇ ਨੂੰ ਫੋਨ ਕਰਦਾ, ਉਹ ਦਵਾ ਲਿਆ ਤੈਨੂੰ ਦਵਾਈ। ਨਾ ਨਾ ਰਹਿਣ ਦੋ, ਭੋਲੇ ਨੂੰ ਕਾਹਨੂੰ ਕਰਨਾ ਫੋਨ, ਫਿਰ ਮੈਂ ਮੋਨੂ ਨੂੰ ਲੈ ਜਾਂਦੀ ਹਾਂ। ਓਏ ਮੋਨੂ ਨੂੰ ਨੀ, ਇਹਨੂੰ ਚਲਾਉਣਾ ਤਾਂ ਆਉਂਦਾ ਨੀ ਕੁਛ, ਨਾ ਇਹਨੂੰ ਮੋਟਰਸਾਈਕਲ ਆਉਂਦਾ ਨਾ ਕੁਛ ਹੋਰ ਆਉਂਦਾ, ਹੈ ਫਿਰ ਤੁਰ ਕੇ ਜਾਏਗੀ, ਪੰਗਾ ਤਾਂ ਉਹੀ ਆ। ਕੋਈ ਨਾ, ਅਸੀਂ ਲਿਆਵਾਂਗੇ, ਮੈਂ ਮੋਨੂ ਨੂੰ ਲੈ ਜਾਂਦੀ ਹਾਂ। ਨਾ ਨਾ ਤੂੰ ਕਰ, ਮੈਂ ਭੋਲੇ ਨੂੰ ਫੋਨ ਕਰਦਾ, ਉਹੀ ਆਪਣੇ ਇੰਨੇ ਦੁੱਖ ਸੁੱਖ ਚ ਖੜ ਗਿਆ, ਦਵਾਈ ਨੀ ਦਵਾ ਕੇ ਲਿਆਊਗਾ, ਦਵਾ ਲਿਆਊਗਾ ਬਥੇਰੀ ਦਵਾਈ ਦਵਾ। ਮੈਂ ਕਹਿੰਦੀ ਹਾਂ ਭੋਲੇ ਨੂੰ ਕਾਹਨੂੰ ਫੋਨ ਕਰਨਾ, ਭੋਲੇ ਨੂੰ ਨਾ ਕਰਿਓ। ਨਾ ਨਾ ਮੈਂ ਕਰਦਾ ਫੋਨ, ਚੰਗਾ। ਮੇਰੀ ਗੱਲ ਤਾਂ ਸੁਣੋ, ਮੀਂਹ ਪੈ ਗਿਆ ਜਿਵੇਂ, ਇੰਨਾ ਲੱਗਦਾ ਨੀ ਹੈਗਾ ਵੀ ਇੰਨੀ ਗਰਮੀ ਹੋ ਰਹੀ ਹੈ ਜਿਵੇਂ ਵੀ ਮੀਂਹ ਪਿਆ ਹੋਇਆਗਾ। ਹੋਰ ਪਾਪੇ ਕਿਵੇਂ ਆ? ਆ ਵੀ ਸ਼ੇਰਾ ਕਿਵੇਂ ਆ? ਠੀਕ ਆ। ਹਾਂ ਵਧੀਆ ਵਧੀਆ ਪੁੱਤ, ਵਧੀਆ। ਤੈ ਦੱਸੀ ਨੀ ਹੈਗਾ ਵੀ ਆਉਂਗਾ ਮੈਂ, ਹੈ ਉਹ ਮੈਂ ਸੋਚਿਆ ਚਲ ਸਰਪ੍ਰਾਈਜ਼ ਦਊਂ ਆ ਕੇ ਤੈਨੂੰ ਤੇ ਮੰਮੀ ਨੂੰ। ਹਾਂ ਪਰ ਮੈਨੂੰ ਆ ਕੇ ਹੋਰ ਹੀ ਸਰਪ੍ਰਾਈਜ਼ ਮਿਲ ਗਿਆ। ਕਿਹੜਾ ਓਏ? ਉਹ ਪਾਪਾ ਜਾਣਦੇ, ਮੈਨੂੰ ਮੰਮੀ ਨੇ ਦੱਸਿਆ ਤੇਰਾ ਕਿਤੇ ਚੱਕਰ ਚੱਲਦਾ। ਤੇਰੇ ਵੀ ਮਾਰਦੀ ਪਕਾਈ? ਉਹ ਪਕਾਈ ਕੋਈ ਨੀ ਮਾਰੀ, ਬੌਲੀ ਆ ਉਹ ਤਾਂ ਬੌਲੀ, ਉਹਦਾ ਦਿਮਾਗ ਤੇ ਲੋਡ ਪੈ ਰਿਹਾ ਉਹਦੇ, ਮੈਨੂੰ ਐ ਲੱਗਦਾ ਧਨੌਲੇ ਲੈ ਜਾਣੀ ਪਊ, ਬਿਜਲੀ ਨਾਲ ਲਮਾਉਣੇ ਪੈਣਗੇ ਉਹਦੇ। ਉਹ ਨਾ ਰਹਿਣ ਦੇ ਯਾਰ ਪਾਪੇ, ਰਹਿਣ ਦੇ, ਕੀ ਚੱਕਰ ਚੱਲਦਾ ਕਾਹਨੂੰ ਚੱਲਦਾ ਚੱਕਰ ਚੁੱਕਰ? ਪੁੱਤ ਤੈਨੂੰ ਲੱਗਦਾ ਦੇਖ ਮੈਂ ਹੈ ਜਾਏਗਾ, ਹੈ ਦਾੜੀ ਚਿੱਟੀ ਹੋਣ ਵਾਲੀ ਹੋ ਰਹੀ ਹੁਣ ਤਾਂ ਥੱਲੋਂ ਦੇਖ ਲਾ ਦੇਖ, ਹੈ ਮੈਨੂੰ ਲੱਗਦਾ ਦੇ। ਮੈਨੂੰ ਸਾਰਾ ਦੱਸਤਾ ਮੰਮੀ ਨੇ, ਕਿਉਂ ਤੰਗ ਕਰਦਾ ਮੰਮੀ ਨੂੰ ਮੇਰੇ ਜਾਣ ਤੋਂ ਬਾਅਦ? ਮੰਮੀ ਤਾਂ ਤੇਰੀ ਤਾਂ ਮੈਨੂੰ ਐ ਲੱਗਦਾ ਪੁੱਤ, ਚਾਹੇ ਤਾਂ ਇਹਨੂੰ ਕੋਈ ਕਸਰ ਆਉਂਦੀ ਹੈ ਕਿ ਜਿਹੜੀ ਇਹੋ ਜਿਹੀਆਂ ਗੱਲਾਂ ਕਰਦੀ ਆ, ਚਾਹੇ ਇਹਦੇ ਕੋਈ ਮਾੜਾ ਮੋਟਾ ਨੁਕਸ ਬੈਠ ਗਿਆ, ਚੱਲ ਆਪਾਂ ਐ ਕਰਾਂਗੇ, ਦੋ ਇਲਾਜ ਕਰਾ ਕੇ ਦੇਖ ਲਾਂਗੇ, ਡਾਕਟਰ ਵੀ ਦੇਖ ਲਾਂਗੇ, ਬਾਬੇ ਵਾਲਾ ਵੀ ਕਰਾ ਕੇ ਦੇਖ ਲਾਂਗੇ। ਉਹ ਕਿਉਂ ਪਾਪੇ ਗੱਲ ਗੋਲ ਮੋਲ ਕਰ ਰਿਹਾ? ਮੰਮੀ ਨੇ ਮੈਨੂੰ ਸਾਰਾ ਸਮਝਾਤਾ, ਤੂੰ ਸੁਧਰ ਜਾ ਜੇ ਸੁਧਰਨਾ। ਸੁਧਰ ਨੂੰ ਮੈਂ ਕੀ ਕਰਤਾ ਯਾਰ, ਤੂੰ ਹੋਰਾਂ ਦੇ ਜਨਾਨਿਆਂ ਪਿੱਛੇ ਕੀ ਕਰਦਾ ਫਿਰਦਾ? ਉਰੇ ਤੈਨੂੰ ਲੱਗਦਾ ਮੈਂ ਉਰੇ ਕੰਮ ਕਰ ਲਾ ਮਾੜੀ ਮੋਟੀ? ਆ ਦੇਖ ਮੌਣ ਖੇਤ ਆ, ਹੋਰੇ ਉਹਦੇ ਦੇਖੀ ਬੈਠਾ ਮੈਂ ਹੁਣ, ਜੇ ਮੈਂ ਘਰੇ ਜਾਊਂਗਾ ਮੈਨੂੰ ਕਹੂਗੀ ਤੂੰ ਕਿਸੇ ਦੇ ਤੀਵੀਆਂ ਮੈਂ ਕਰਾਏਗਾ, ਉਰੇ ਦਾ ਸੁਰੇ ਤੀਵੀਆਂ ਹੈਗੀ ਕੋਈ ਬਣਵਾ ਦੱਸ ਮੱਲ। ਓ ਯਾਰ ਉਹ ਤਾਂ ਹੀ ਕਹਿੰਦੇ ਜੇ ਉਹਨੂੰ ਕੁਛ ਦੀਂਦਾਗਾ। ਬੌਲ ਮਰੀ ਜਾਂਦਾ, ਤੂੰ ਉਹਦੇ ਗੱਲਾਂ ਤੇ ਗੌਰ ਨਾ ਕਰੇਗਾ, ਚੱਲ ਕੋਈ ਨਾ ਤੂੰ ਹੁਣ ਰਹੇ ਉਹਦੇ 4 ਦਿਨ, ਤੈਨੂੰ ਪਤਾ ਲੱਗ ਜੂਗਾ ਮੈਂ ਕਿਹਾ ਜਾਗਾ, ਪਹਿਲਾਂ ਤੈਨੂੰ ਪਤਾ ਨਹੀਂਗਾ ਲਾਂਬਾ ਨਾ ਆ ਜਾਵੇ। ਉਹ ਲਾਂਬਾ ਤੈਨੂੰ ਕੋਈ ਲਾਂਬਾ ਨਹੀਂ ਹੁੰਦਾ, ਤੂੰ ਹੀ ਨਾ ਹੋ ਕਰਿਆ ਕਰ। ਹੋਰ ਤੇਰੀ ਇੰਨੀ ਉਮਰ ਹੋ ਗਈ ਹੁਣ, ਤੇਰੀ ਬਾਹਰ ਧੱਕੇ ਖਾਣ ਦੀ ਉਮਰ? ਤਾਂ ਹੀ ਤਾਂ ਕਹਿਣਾ ਮੈਂ ਤੈਨੂੰ ਲੱਗਦਾਗਾ ਵੀ ਹੁਣ ਇਹੋ ਜਿਹਾ ਕੰਮ ਕਰੂੰਗਾ ਮੈਂ, ਹੈ ਬੌਲੀ ਆ ਨੀ ਹੈਗਾ, ਮੰਮੀ ਨੇ ਦੱਸਤਾ ਮੈਨੂੰ ਸਾਰਾ, ਬੌਲੀ ਆ ਬੌਲੀ, ਮੈਂ ਨਾ ਤੰਗ ਕਰਿਆ ਕਰ। ਉਹੀ ਨਾ ਉਹਦੀ ਗੱਲਾਂ ਤੇ ਗੌਰ ਕਰਿਆ ਕਰ, ਮੈਂ ਤਾਂ ਹਰਾ ਜਿਹਾ ਵੱਢਣ ਨੂੰ ਦੇਖਦਾ ਸੀਗਾ, ਉਹ ਪਾਣੀ ਖੜਾ ਉੱਥੇ ਸ਼ਾਮ ਨੂੰ ਵੱਢ ਲਈ, ਸ਼ਾਮ ਨੂੰ ਮਹਾਜਨ ਕੋ ਕੰਮ ਧੰਦਾ ਹੋ ਜਾਂਦਾਗਾ, ਤੂੰ ਵੱਢਦੇ ਜੇ ਵੱਢਦੇਗਾ? ਨਾ ਮੈਂ ਨੀ ਇੰਨੀ ਧੁੱਪ ਚ ਵੱਢਦਾ, ਮੇਰਾ ਰੰਗ ਕਾਲਾ ਹੋ ਜਾਊਗਾ, ਤੈਨੂੰ ਪਤਾ ਚੰਡੀਗੜ੍ਹ ਰਹਿ ਕੇ ਉੱਥੋਂ ਦੀ ਆਦਤ ਪਈ ਹੋਈ ਆ ਮੈਨੂੰ ਤਾਂ, ਰੰਗ ਕਾਲਾ ਹੋ ਜਾਊਗਾ। ਹੋਰ ਗੱਲ ਤੇਰੀ ਪੱਕੇ ਰੰਗ ਦਾ, ਤੇਰਾ ਕਾਲਾ ਹੋ ਜਾਊਗਾ, ਇਹ ਤਾਂ ਗੱਲ ਮੰਨਣ ਵਾਲੀ ਹੈਗੀ। ਉਹੀ ਵੱਢ ਲਾ ਫਿਰ ਜੇ ਵੱਢਣਾ, ਨਹੀਂ ਸ਼ਾਮ ਨੂੰ ਵੱਢ ਲਈ। ਚੱਲ ਕੋਈ ਨਾ ਵੱਢ ਲੂਗਾ ਮੈਂ, ਤੂੰ ਘਰੇ ਵਗ ਜਾ ਉਰੇ, ਕਿਤੇ ਤੇਰਾ ਰੰਗ ਕਾਲਾ ਹੋ ਜਾ ਧੁੱਪ ਚ ਫਿਰਦੇ ਦਾ। ਆਉਂਦਾ ਜਾਂਦਾ ਹੁਣ ਮੈਨੂੰ ਤੇਰਾ ਕੋਈ ਲਾਂਬਾ ਨਾ ਆ ਜਾਵੇ, ਨਹੀਂ ਮੈਂ ਹਫਤਾ ਰਹੂੰਗਾ, ਉਸ ਤੋਂ ਬਾਅਦ ਫੇਰ ਜਾਣਾ ਮੈਂ ਪੜ੍ਹਨ। ਤੂੰ ਪੁੱਤ ਵਗ ਜਾ, ਤੂੰ ਚਾਹੇ 2 ਦਿਨ ਲਾ ਕੇ ਵਗ ਜਾ, ਤੈਨੂੰ ਕੋਈ ਲਾਂਬਾ ਨਹੀਂ ਆਉਂਦਾ ਹੈਗਾ, ਹਫਤਾ ਕਾਹਨੂੰ ਪੜ੍ਹਾਈ ਖਰਾਬ ਕਰਨੀ ਹੈਗੀ। ਹੋਰ ਮੰਮੀ ਦਾ ਧਿਆਨ ਰੱਖਿਆ ਕਰ। ਹਾਂ ਮੈਂ ਪੂਰਾ ਧਿਆਨ ਰੱਖਦਾ, ਕੋਈ ਨਾ ਚੱਲ ਆ ਜੀ ਹੁਣ ਟਾਈਮ ਨਾਲ ਕਿਤੇ। ਹਾਂ ਕਿਤੇ ਖੇਤ ਵੱਢ ਕੇ ਆਊਂਗਾ, ਉਹ ਘਰੇ ਆ, ਹੋਰ ਮੈਂ ਕਿੱਥੇ ਜਾਣਾਗਾ, ਨਾਲੇ ਛਤਰੀ ਛੁਤਰੀ ਲੈ ਕੇ ਆਇਆ ਕਰ, ਖੇਤ ਰੰਗ ਕਾਲਾ ਹੋ ਜੂ ਤੇਰਾ। ਆਹੋ ਕੋਈ ਨਾ ਚੱਲ ਤੂੰ ਵੀ ਆ ਜੀ ਟਾਈਮ ਨਾਲ। ਮੇਰਾ ਸਲਾ ਤਵੇ ਦੇ ਪੁੱਠੇ ਪਾਸੇ ਵਰਗਾ ਦਾ ਪਿਆਗਾ, ਕਹਿੰਦਾ ਮੇਰਾ ਰੰਗ ਨਾ ਕਾਲਾ ਹੋ ਜੇ, ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਮੇਰੇ ਹਲਦੇ ਦਾ ਰੰਗ ਕਿਤੇ ਵਗ ਗਿਆ, ਅੱਡ ਦਾ ਸਾਰੇ ਟੱਬਰ ਚ ਨਹੀਂ ਹਜ਼ਾਰ ਰੰਗ ਦੀ ਕਿਸੇ ਦਾ।
ਕੋਈ ਚੋਤਾ ਜੱਬਲ ਜਾ ਆਪ ਹੀ ਵੱਢਣਾ ਪਊਗਾ ਮਾਰਨਾ ਪਊਗਾ ਤੇ ਤੂੜੀ ਜੀ ਪਾ ਕੇ ਰੱਖ ਦਿੰਦੀ ਆ ਫਿਰ ਲਾ ਦੂੰਗੀ ਸੰਨੀ ਨਾ ਮੇਰੇ ਸਲ ਦੀ ਇਸ ਤਰ੍ਹਾਂ ਮੋਟੇ ਦਿਮਾਗ ਦਾ ਮੋਟਾ ਰਹੂਗਾ ਕਦੋਂ ਅਕਲ ਆਊ ਤੈਨੂੰ ਮੈਨੂੰ ਇਹ ਨਹੀਂ ਸਮਝ ਆਉਂਦੀ ਹੈਗੀ ਨਾ ਕੀ ਗੱਲ ਚੰਗੀ ਤਾਂ ਮੈਂ ਸਾਨੂੰ ਸੰਨੀ ਲਾਉਣੀ ਆ ਹਲੇ ਮੇਰਾ ਦਿਮਾਗ ਮੋਟਾ ਮੈਂ ਕੀ ਕਰਤਾ ਇਹ ਜਾ ਨਾ ਉਹ ਜੇ ਜਵਾਕ ਆਇਆ ਸੀਗਾ 2 ਮਹੀਨੇ ਬਾਅਦ ਉਹਨੂੰ ਕੋਈ ਚਾਹ ਪਾਣੀ ਪੁੱਛ ਲੈਂਦੀ ਉਹਦੇ ਭਰ ਕੇ ਕੰਨ ਤੋੜਦਾ ਉੱਥੇ ਮੇਰੇ ਨਾਲ ਲੜ ਪਿਆ ਖੇਤ ਜਾ ਕੇ ਛਾ ਕੇ ਹੁਣ ਤੇਰੇ ਕੰਨ 'ਚ ਟਾਟ ਪੈਣ ਲੱਗੀ ਮੈਂ ਤਾਂ ਹੁਣ ਮੁੰਡੇ ਨੂੰ ਆਈ ਦੱਸਿਆ ਕਰੂੰ ਤੇਰੀਆਂ ਕਰਤੂਤਾਂ ਜਿਹੜਾ ਤੇਥੇ ਜ਼ੋਰ ਲੱਗਦਾ ਤੂੰ ਲਾ ਲੈ ਮੇਰੇ ਸਾਲ ਦੀ ਇਹ ਗੱਭਰੂ ਮੁੰਡਾ ਹੈਗਾ ਕੋਈ ਇੱਥੇ ਕੋਈ ਗੱਲਬਾਤ ਉਹਦਾ ਮੇਰੇ ਗੱਲ ਤਾਂ ਕੱਥ ਪਾਉਣ ਜਾਂਦੀ ਮੈਂ ਸੱਟ ਕੇ ਆਇਆਗਾ ਮੈਂ ਤਾਂ ਕਹਿੰਦੀ ਤੇਰੇ ਗਿੱਟੇ ਤੋੜਨੇ ਸੀ ਵੱਢ ਕੇ ਲਮਕਾ ਦਿੰਦਾ ਉੱਥੇ ਤੈਨੂੰ ਕੋਠੇ ਜੇ ਚ ਫੇਰ ਆਉਂਦਾ ਸਵਾਦ ਤਾਂ ਹੀ ਤਾਂ ਚੰਬਲਾ ਚੰਬਲਾ ਆਇਆ ਤਾਂ ਆਪਾਂ ਉਹਨੂੰ ਕੰਨ ਭਰ ਕੇ ਤੋੜਿਆ ਨੂੰ ਹੈ ਵੀ ਕੋਈ ਲੱਤ ਬਾਹ ਤੋੜ ਦੂਦੀ ਜੇ ਮੈਨੂੰ ਐ ਦੱਸ ਤੂੰ ਬਰਾਬਰ ਦਾ ਤੇਰੇ ਮੁੰਡਾ ਹੈ ਤੂੰ ਫਿਰਦਾ ਪਿੰਡ 'ਚ ਆਸ਼ਕੀਆਂ ਕਰਦਾ ਸ਼ਰਮ ਕਰ ਲੈ ਮਾੜੀ ਮੋਟੀ ਕਿਹੜਾ ਭੈਣ ਦਾ ਖਸਮ ਕਹਿੰਦਾ ਵੀ ਆਸ਼ਕੀ ਕਰਦਾ ਫਟਾ ਭੈਣ ਦਾ ਖਸਮ ਨਹੀਂ ਕਹਿੰਦਾ ਭੈਣ ਦੀਆਂ ਖਸਮਣੀਆਂ ਕਹਿੰਦੀਆਂ ਨੇ ਜਿੰਨਾ ਕਣੀ ਟੇਡਾ ਟੇਡਾ ਝਾਕਦਾ ਉਹ ਕਹਿੰਦੀਆਂ ਨੇ ਹਾਂ ਤੇਰੀਆਂ ਪੜਵਾ ਵੀ ਤੂੰ ਉਹਨੂੰ ਜਵਾਖ ਨੂੰ ਕਿਉਂ ਦੱਸ ਕੰਨ ਭਰਦੀ ਉਹਦੇ 2 ਮਹੀਨਿਆਂ ਬਾਅਦ ਐ ਉਹਨੂੰ ਰਹਿਣ ਦੇ 4 ਦਿਨ ਉਹ ਆ ਕੇ ਮੇਰੇ ਨਾਲ ਕਲੇਸ਼ ਪਾ ਕੇ ਖੜ ਗਿਆ ਤੇ ਜੇ ਹੁਣ ਤੇਰੇ ਆਹੀ ਚੱਜ ਰਹੇ ਨਾ ਮੈਂ ਤਾਂ ਮੁੰਡੇ ਨੂੰ ਕਹਿ ਦੂੰਗੀ ਚੰਡੀਗੜ੍ਹ ਤੋਂ ਉਹਦੇ ਟਿੰਡ ਫੋੜੀ ਭਾਈ ਚੱਕ ਲੈ ਆਪਦਾ ਇੱਥੇ ਪੜ ਲੈ ਕੀ ਗੱਲ ਪੜਾਈ ਨਹੀਂ ਕਰਨੀ ਉਹਦੇ ਪੜਾਈ ਖਰਾਬ ਕਰਾਉਣੀ ਜਵਾਖ ਦੀ ਅੱਛਾ ਅੱਛਾ ਵੇ ਪੜਾਈ ਤਾਂ 1-2 ਸਾਲ ਮਗਰੋਂ ਵੀ ਕਰ ਲੂਗਾ ਜਾਂ ਜਦੋਂ ਤੇਰਾ ਬੇੜਾ ਬਹਿ ਗਿਆ ਕੋਈ ਇੱਕ ਪਾਸਾ ਹੋ ਗਿਆ ਤੇਰਾ ਜੇ ਇੱਜ਼ਤ ਕੇਰਾ ਬਾਗੀ ਉਹ ਨਹੀਂ ਮੁੜ ਕੇ ਬਣਨੀ ਮੇਰੇ ਸਾਲ ਦੀ ਨੇ ਕਿਉਂ ਬਦਨਾਮ ਕਰ ਖਿਆ ਕਿਉਂ ਬਦਨਾਮ ਕਰ ਖਿਆਗਾ ਨਹੀਂ ਇੰਨਾ ਮਾੜਾ ਤਾਂ ਹੈ ਵੀ ਨਹੀਂ ਜਿੰਨਾ ਤਾਂ ਬਦਨਾਮ ਕਰ ਖਿਆ ਮੈਨੂੰ ਉਹੀ ਨਹੀਂ ਬਦਨਾਮ ਹੁੰਦਾ ਕੋਈ ਨਾ ਕੋਈ ਕਾਲਾ ਤਾਂ ਦਾਲ 'ਚ ਹੁੰਦਾ ਤਾਂ ਬਦਨਾਮ ਹੁੰਦਾ ਨਾਲੇ ਮੇਰੀ ਗੱਲ ਇੱਕ ਹੋਰ ਸੁਣ ਲੈ ਖੋਲ ਕੇ ਕੰਨ ਜੇ ਤਾਂ ਦੇਖ ਟਿਕਣਾ ਟਿਕ ਜਾ ਪੂਰੇ 7 ਪਿੰਡਾਂ ਦੀ ਪੰਚਾਇਤ 'ਚ ਇਕੱਠ ਕਰੂੰਗੀ ਵਿਚਾਰੇ ਬੁਲਾਉਂਗੀ ਤੈਨੂੰ ਨਾ ਹੀ ਬੁਲਾਉਂ ਮੇਰੇ ਭਾਈ ਨੂੰ ਭਾਈ ਨੂੰ ਬੁਲਾਵਾਂਗੀ ਤੇਰਾ ਭਾਈ ਗਾ ਡਿਪਟੀ ਲੱਗਿਆ ਹੋਇਆਗਾ ਬੋਲੇਗਾ ਹੀ ਮੇਰੇ ਭਾਈ ਮੂਰੇ ਆ ਜੀਬ ਤਾਂ ਤਤਲਾਉਗੀ ਜਦੋਂ ਮੇਰਾ ਭਾਈ ਆ ਗਿਆ ਹਾਂ ਮੈਂ ਤਾਂ ਡਰਦੀ ਨਹੀਂ ਦੱਸਦੀ ਹੈਗੀ ਵੀ ਕਿਤੇ ਉਹੀ ਨਾ ਮੈਨੂੰ ਇਸ ਉਮਰ 'ਚ ਰੰਡੀ ਕਰ ਜਿਓ ਨਹੀਂ ਤਾਂ ਤੇਰੀ ਗਰਦਨ ਲਾ ਕੇ ਹੁਣ ਨੂੰ ਕਿਦੇ ਨੇ ਟੰਗੀ ਹੁੰਦੀ ਹੋਰ ਪਹਿਲਾਂ ਜੌਣੇ ਮੌੜ ਨਾਲ ਰਹਿੰਦਾ ਹੈ ਤੇਰਾ ਭਾਈ ਤਾਂ ਨਾ ਹਾਂ ਲੈ ਕਿਉਂ ਫਰੈਂਡ ਨੂੰ ਕੀ ਅਸੀਂ ਸਾਡਾ ਖਾਨਦਾਨ ਦੇਖ ਤੂੰ ਕਹੇ ਜਾਏਗਾ ਹਾਂ ਮੇਰੇ ਸਲ ਦੀ ਮੋਟੇ ਦਿਮਾਗ ਦੀ ਮੋਟੀ ਚਮੜੀ ਉਹ ਜਵਾਖ ਨੂੰ ਰਹਿ ਲੈਣ ਦੇ 4 ਦਿਨ ਉਹ ਆਪਦੀ ਪੜ੍ਹਾਈ ਕਰ ਲੂਗਾ ਜਾ ਕੇ ਉੱਥੇ ਆ ਤੇਰੀਆਂ ਆਹ ਕਰਤੂਤਾਂ ਤੇਰੀਆਂ ਆਹ ਗੱਲਾਂ ਸੁਣ ਕੇ ਨਾ ਪਿੱਟ ਸਿਆਪੇ ਉਹ ਜੀ ਉੱਥੇ ਆ ਗਿਆ ਬੈਗ ਚੱਕ ਉਹਦੀ ਪੜ੍ਹਾਈ ਵਿੱਚੇ ਰੁੜ ਜੂਗੀ ਅੱਛਾ ਨਾਲੇ ਮੇਰੇ ਨਾਲ ਲੜਾਵੇਂਗੀ ਉਹਨੂੰ ਉੱਥੇ ਨਾ ਜਿਹੜੀ ਮੇਰੀ ਜ਼ਿੰਦਗੀ ਖਰਾਬ ਕਰਤੀ ਉਹਦਾ ਕੀ ਅੱਛਾ ਫੇ ਮੇਰਾ ਪੁੱਤਾ ਜੇ ਮੇਰਾ ਪੁੱਤਨੀ ਮੇਰਾ ਸਾਥ ਦੇਊਗਾ ਹੋਰ ਦੱਸ ਕੌਣ ਦੇਊਗਾ ਨਾ ਤੇਰੀ ਜ਼ਿੰਦਗੀ ਕਦੇ ਖਰਾਬ ਹੋ ਗਈ ਮੇਰੇ ਸਲੀਏ ਭਾਤ ਬਧੇਲੇ ਦੌਰੇ ਪਾਉਣੀਆਂ ਸੂਟ ਹੈ ਚੰਗਾ ਖਾਨੀਆਂ ਚੰਗਾ ਪੀਨੀਆਂ ਮਾੜਾ ਬੋਲਦੀਆਂ ਤੇਰੀ ਜ਼ਿੰਦਗੀ ਅੱਧ 'ਚ ਖਰਾਬ ਹੋ ਗਈ ਕੋਈ ਨਾ ਜੇ ਮੈਂ ਭਾਂਤ ਪਤੇਲੇ ਪਾਉਣੀ ਆ ਚੰਗਾ ਖਾਣੀ ਆ ਮੈਂ ਘਰ ਦਾ ਕੰਮ ਵੀ ਕਰਦੀ ਆ ਤੂੰ ਤਾਂ ਮੈਨੂੰ ਜਮੀ ਕੱਚੇ ਚ ਲਾਤਾ ਫਿਰ ਲੋਕ ਤਾਂ ਆਪਦੀ ਜਨਾਨੀ ਦੇ ਇੰਨੀ ਇੱਜ਼ਤ ਕਰਦੇ ਨੇ ਕੋਈ ਸ਼ਹਿਰ ਜਾਊਗਾ ਨਾਲ ਲੈ ਕੇ ਜਾਊਗਾ ਆਪਦੀ ਪੱਗ ਨਾਲ ਦੀ ਦੁਪੱਟਾ ਦਵਾ ਕੇ ਲਿਆਉਣਗੇ ਨਾਲ ਦੇ ਕੱਪੜੇ ਪਵਾਉਂਦੇ ਨੇ ਤੇ ਤੂੰ ਕਦੇ ਰਮਾਲ ਨਹੀਂ ਸਰੀ ਤਥੋਂ ਵੀ ਲਿਆ ਕੇ ਦੇ 10 ਰੁਪਈਆਂ ਦੀ ਮੇਰੇ ਸਾਲੇ ਦੀ ਉਮਰ ਆ ਤੇਰੀ ਚੋਜ ਕਰਨ ਦੀ ਜਿਹੜੇ ਚੋਜ ਕਰਨ ਨੂੰ ਭਾਲਦੀ ਆਂਗੀ ਰਹਿ ਅੱਛਾ ਅੱਛਾ ਆਪਦੇ ਬਾਰੀ ਤਾਂ ਕਹਿਣਾ ਨਾ ਉਮਰਾਂ 'ਚ ਕੀ ਰੱਖਿਆ ਦਿਲ ਹੋਣਾ ਚਾਹੀਦਾ ਜਵਾਨ ਆ ਮੇਰੇ ਬਾਰੀ ਉਮਰਾਂ ਕੇ ਆ ਜਾਂਦੀਆਂ ਨੇ ਕਿਉਂ ਮੇਰਾ ਦਿਲ ਕੀ ਜਵਾਨ ਨਹੀਂ ਹੈਗਾ ਤੂੰ ਬਗ ਜਾ ਮੇਰੀ ਗੱਲ ਸੁਣ ਲੈ ਕੰਨ ਖੋਲ ਕੇ ਅੱਜ ਦਾ ਭਗਾਈ ਮਾਰਤੀ ਮੁੰਡਲਵੇ ਜੇ ਇਦੋਂ ਬਾਅਦ ਭਗਾਈ ਮਾਰੀਏ ਨਾ ਤੇਰੀ ਲੱਤ ਤੋੜ ਦੂੰ ਮੈਂ ਤੈਨੂੰ ਇਹ ਨਹੀਂ ਗੱਲ ਦੱਸਦੀ ਤੂੰ ਐ ਕਰੀ ਫਿਰ ਮੈਂ ਵੀ ਤੂੰ ਦੇਖ ਲੈ ਕਿਹੜੇ ਖਾਨਦਾਨ 'ਚ ਤੂੰ ਮੇਰੇ ਹੱਥ ਲਾ ਕੇ ਦਿਖਾਈ ਤੈਨੂੰ ਮੈਂ ਦੱਸੂ ਵੀ ਲੱਤ ਕਿਵੇਂ ਤੋੜਿਆ ਕਰਦੇ ਨੇ ਜੇ ਤੇਰੀ ਨਾ ਪੰਜਣੀ ਜੀ ਕੱਢ ਕੇ ਟੰਗੀ ਨਾ ਬਾਹਰਲੇ ਪਾਸੇ ਮੈਨੂੰ ਵੀ ਫਿਰ ਪ੍ਰੀਤੋ ਕਿਨੇ ਕਹਿਣਾ ਦੇਖ ਲਈ ਤੂੰ ਆਦਾ ਕਰ ਜਾ ਉਹ ਸੰਨੀ ਦਾ ਕਰ ਦੇ ਕਿਉਂ ਠੇਕਾ ਲੈ ਰੱਖਿਆ ਮੈਂ ਕਰ ਲੱਭਦੀ ਇਸ ਸਾਲ ਦੀ ਕਿੱਥੋਂ ਮਾੜੀ ਨਹੀਂ ਮੈਂ ਬਾਹ ਪਿਆਗਾ ਆ ਕੀ ਦਾ ਆ ਗਿਆ ਹੁਣਾ ਹੈਲੋ
ਹਾਂ ਬਾਈ ਹੈਂ ਅੱਛਾ ਦੁਬਈ ਮੈਂ ਮਹਾ ਕੰਮ ਜਿਹਾ ਕਰਦਾ ਸੀਗਾ ਨਾ ਨਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਾ ਹਾਂ 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 ਦਵਾ ਲਿਆਉਂਗਾ ਦਵਾ ਲਿਆਉਂਗਾ ਠੀਕ ਆ ਠੀਕ ਆ ਓਕੇ ਕੀ ਗੱਲ ਹੋ ਗਈ ਉਹ ਉਹਦਾ ਉਹ ਸੀਗਾ ਕਾਲੇ ਦਾ ਫੋਨ ਸੀਗਾ ਉਹਦਾ ਬੁੜਾ ਜਿਹਾ ਢਿੱਲਾ ਹੋ ਰਿਹਾਗਾ ਅੱਛਾ ਉਹ ਕਹਿੰਦਾ ਦਵਾਈ ਦਵਾ ਕੇ ਲਿਆਉਣੀ ਮੜੀ ਜੀ ਕਹਿੰਦਾ ਪਰ ਦਵਾ ਲਿਓ ਕਦੇ ਹਾਂ ਉਹ ਕਹਿੰਦਾ ਤੂੰ ਨਾਲ ਵਗ ਚੱਲ ਮੜਾ ਜਾ ਕਿਉਂ ਉਹ ਤੈਨੂੰ ਪਤਾ ਤਾਂ ਹੈਗਾ ਉਹਨੂੰ ਮੋਟਰਸਾਈਕਲ ਦੇ ਘੱਟ ਵੱਧੇ ਆਉਂਦਾ ਕਹਿੰਦਾ ਮੈਂ ਮਗਰ ਬਹਿ ਜਾਊਂਗਾ ਫੜ ਕੇ ਬੈਠਣਾ ਬੂਚ ਵਾਲੇ ਮੋਟਰਸਾਈਕਲ ਤੇ ਹਾਂ ਵੀ ਤੂੰ ਜਾਏਗਾ ਦਵਾਈ ਦਵਾ ਹਾਂ ਕਹਿੰਦਾ ਨਾਲ ਚਲਾ ਨਹੀਂ ਬਾਕੀ ਉੱਥੇ ਹਸਪਤਾਲ ਚ ਆਏਗਾ ਭੀੜ ਬਹੁਤ ਹੁੰਦੀ ਆ ਤੈਨੂੰ ਪਤਾ ਹੈਗਾ ਉਹ ਕਹਿ ਕਿਉਂਕਿ ਮੈਨੂੰ ਤਾਂ ਬਾਰੀ ਦੇ ਦਿੰਦੇ ਉੱਥੇ ਜਾਣਦੇ ਨਹੀਂ ਮੈਂਬਰ ਆ ਗਿਆ ਮੈਂਬਰ ਆ ਗਿਆ ਹਾਂ ਜਾਣ ਪਛਾਣ ਜਾਂਦੇ ਆ ਗੱਡੀ ਗੁੱਡੀ ਲੈ ਜਾਂਦੇ ਕਿਸੇ ਦੀ ਨਾ ਬਾ ਚੱਲ ਦਵਾ ਲਿਆਉਂ ਕੋਈ ਨਾ ਮੈਂ ਅੱਛਾ ਅੱਛਾ ਬੁੜੇ ਨੂੰ ਦਵਾਈ ਦਵਾਉਣ ਜਾਣੇ ਹਾਂ ਆ ਸਮਾਈਲ ਜੀ ਤਾਂ ਲੱਗਦਾ ਤਾਂ ਨਹੀਂ ਆਏਗਾ ਤਾਂ ਮੁਸਕਰਾ ਜੇ ਰਹੇ ਹੋ ਜਿਵੇਂ ਕੁਛ ਉਈ ਥਿਆ ਗਿਆ ਹੋਵੇ ਨਾ ਮੁਸਕਰਾਉਣ ਵਾਲੇ ਦਾ ਕੀ ਗੱਲ ਹੈਗੀ ਇਹਦਾ ਮੈਂ ਉਹ ਕਹਿੰਦੀ ਮਹਾ ਚਲ ਮੈਂ ਵਗ ਜਾਓ ਕਹਿੰਦਾ ਨਹੀਂ ਤਾਂ ਕਹਿੰਦਾ ਤੇਰੀ ਲੋੜ ਆ ਗਈ ਚਲ ਹੱਸੀ ਜਾਗੀ ਮੈਂ ਕਹਿੰਦਾ ਮੜਾ ਜਾ ਲੈ ਮਾਰ ਦੀ ਛੰਡੀ ਜੱਤ ਮੈਂ ਮੜਾ ਜਾ ਜਾਇਆ ਮੈਂ ਹਾਂ ਹਾਂ ਕੋਈ ਨਾ ਕੋਈ ਹਾਂ ਮੈਂ ਮੜਾ ਜਾ ਕੱਪੜਾ ਲੀੜਾ ਜਾ ਦੇਖਦਾ ਹੈਗਾ ਕਹਿੰਦਾ ਕਾਲੇ ਕੋ ਬੁੜੇ ਨੂੰ ਦਵਾਈ ਦਵਾਉਣੀ ਹੈ ਇੰਨਾ ਖੁਸ਼ ਜਾਂ ਐਂ ਹੋ ਗਿਆ ਵੀ ਪਤਾ ਨਹੀਂ ਕਿੱਥੇ ਜਾਣਾ ਚਲ ਮੈਨੂੰ ਕੀ ਹੈ ਫਿਰ ਹੀ ਜਾਣ ਦੇ ਕਿਸੇ ਨਸੇ ਪੱਤੇ ਵਾਲੇ ਦਾ ਫੋਨ ਆਇਆ ਹੋਣਾ ਨਹੀਂ ਕਿਸੇ ਨੇ ਮੂਤ ਵਾਲੇ ਨੇ ਕਰਤਾ ਹੋਣਾ ਵੀ ਆ ਜਾ ਭਾਈ ਆਥਣੇ ਪੈਗ ਸ਼ੈਗ ਲਾਵਾਂਗੇ ਬਸ ਤੈਨੂੰ ਪੱਤੀ ਅਮਲੀਆਂ ਦਾ ਤਾਂ ਇੰਨੇ 'ਚ ਹੀ ਖੁਸ਼ ਹੋ ਜਾਂਦੇ ਨੇ ਫਿਰਦਾ ਰਹਿੰਦਾ ਸਾਰਾ ਦਿਨ ਹੱਲ ਹੱਲ ਕਰਦਾ ਵੀ ਦੋ ਕੜੀ ਘਰੇ ਆਰਾਮ ਵੀ ਕਰ ਲਿਆ ਕਰ ਆਦਤ ਪਈ ਹੈ ਕੁੱਤਿਆਂ ਵਾਂਗੂ ਭੌਂਕਣ ਦੀ ਕਰ ਲਊ ਇਹ ਆਖਰੀ ਮੂਤ ਆ ਗਿਆ ਵੀਰੇ 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 ਪਤਾ ਕੀ ਹੈ ਯਾਰ ਰੱਖਿਆ ਕਰੇ ਪਤਾ ਪਤਾ ਕੀ ਛੋਟੇ ਵੀਰ ਰੱਖਿਆ ਕਰੇ ਮੈਂ ਲੱਗ ਜਾ ਕਰੇ 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 ਠੰਡਾ ਰਹਿ ਤੇਰਾ ਖੂਨ ਵਾਲੇ ਮਾਰੇ ਤੇਰਾ ਖੂਨ ਵਾਲੇ ਮਾਰੇ ਦੇ ਲਾ ਭੇਡਾਂ ਨੂੰ ਜਿੰਨਾ ਪਾਣੀ ਦੇਣਾ ਹੁਣ ਪਾਈਆ 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 ਸਿਰ ਤੇ ਚੜ ਕੇ ਆ ਗਈ ਦਵਾਈ ਦਵੂਈ ਟਾਈਮ ਨਾਲ ਲੈ ਲਈ ਹੁਣ ਇਹ ਜਿਹੜੀ ਲਈ ਹੈਗੀ ਭਾਈ ਪਾ ਦੇ ਛੇਤੀ ਹੋਰ ਮੈਂ ਤਾਂ ਲੇਟ ਹੋ ਰਹੀ ਹਾਂ ਘਰੇ ਵੀ ਜਾਣਾ ਹੈਗਾ।